ਸਾਡਾ ਵੀਰ ਬਸੰਤ ਬਾਜਾ ਖਾਨਾ ਜੀ ਨੇ ਪਾਰਲਸ ਕਬੱਡੀ ਕੱਪ ਦੇ ਵਿੱਚ ਵੀ ਕਮੈਂਟਰੀ ਦੀਆਂ ਸੇਵਾਵਾਂ ਨਿਭਾਈਆਂ। ਮਲੂਕੇ ਦੇ ਕਬੱਡੀ ਕੱਪ ਦੇ ਐਲਸੀਡੀ ਦੇ ਨਾਲ ਤੇ ਮੋਟਰਸਾਈਕਲ ਦੇ ਨਾਲ ਵੀ ਮਾਨ ਸਨਮਾਨ ਹੋਣੇ ਨੇ। ਚਗਾਵੇਂ ਦੀ ਟੀਮ ਕਿਧਰਲੀ ਸਾਈਡ ਹੈ ਜੀ, ਹੱਥ ਖੜਾ ਕਰੋ ਚਗਾਵੇਂ ਦੀ ਟੀਮ। ਲਓ ਜੀ ਨੋਟ ਕਰ ਲਓ, ਚਗਾਵੇਂ ਦੀ ਟੀਮ ਹੋ ਗਈ ਇੱਧਰ ਸੜਕ ਵਾਲੀ ਸਾਈਡ, ਤੇ ਤੋਤਾ ਸਿੰਘ ਵਾਲੀ ਦੀ ਟੀਮ ਹੋ ਗਈ ਇੱਧਰ ਪਿੰਡ ਵਾਲੀ ਸਾਈਡ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਲਓ ਸਾਹਮਣੇ ਤੋਤਾ ਸਿੰਘ ਵਾਲੀ ਅਗਬਰੂ ਐਸਐਮਈ ਕਬੱਡੀ ਕਬੱਡੀ ਕਰਦਾ ਹੋਇਆ ਅੱਜ ਲੱਗੀਆਂ ਹੋਈਆਂ ਰੌਣਕਾਂ ਬਹਾਰਾਂ ਨੇ। ਪਿੰਡ ਸੱਦਾ ਸਿੰਘ ਵਾਲੀ ਦੀ ਬੜੀ ਪਾਵਨ ਤੇ ਪਵਿੱਤਰ ਧਰਤੀ ਹੈ ਕਿ ਗੁਰੂਆਂ ਸਾਨੂੰ ਦਿੱਤਾ ਇਹ ਵਰਦਾਨ ਕਬੱਡੀ ਦਾ, ਕਿ ਪੂਜਣ ਯੋਗ ਹੁੰਦਾ ਏ ਜੰਗ ਮੈਦਾਨ ਕਬੱਡੀ ਦਾ, ਕਿ ਹਰ ਇੱਕ ਮਾਂ ਦੀ ਤਮੰਨਾ ਹੁੰਦੀ ਹੈ ਕਿ ਵੱਡਾ ਹੋ ਕੇ ਮੇਰਾ ਪੁੱਤ ਬਣ ਜੇ ਕਪਤਾਨ ਕਬੱਡੀ। ਵੱਲੋਂ ਸਾਹਮਣੇ ਸਿੰਘ ਜੀ ਕਹਿੰਗਾ ਸਮੇਂ ਘੇਰਨ ਦੀ ਕੋਸ਼ਿਸ਼ ਕਰਦਾ ਹੋਇਆ, ਤੇ ਪੁਆੜ ਐਸ ਸਮੇਂ ਤੋਤਾ ਸਿੰਘ ਵਾਲੀ ਦੀ ਟੀਮ ਦੇ ਖਾਤੇ ਵੀ ਜੋੜਦਾ ਹੋਇਆ। ਸਨੇਰ ਤੇ ਲੰਗਿਆਣਾ, ਇਹ ਵੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਸਨੇਰ ਤੇ ਲੰਗਿਆਣਾ, ਲਓ ਸਾਹਮਣੇ ਸਿੰਘ ਜੀ ਕਹਿੰਗਾ ਸਮੇਂ, ਜਿਹੜੇ ਪਿੰਡ ਦੇ ਕੇਬਲ ਦੀਆਂ ਗੱਲਾਂ, ਲਓ ਜਿਹੜੇ ਪਿੰਡ ਦੇ ਪ੍ਰੀਤਮ ਵਰਗੇ ਪ੍ਰਸਿੱਧ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਚੁਗਾਮਾ, ਲਓ ਸਾਹਮਣੇ ਸਰਦਾਰ ਗੱਭਰੂ ਐਸਐਮਈ ਕਬੱਡੀ ਕਬੱਡੀ ਕਰਦਾ ਹੋਇਆ। ਸਟੇਜ ਤੇ ਬੈਠੀਆਂ ਹੋਈਆਂ ਮਹਾਨ ਸ਼ਖਸੀਅਤਾਂ ਇਸੇ ਨਗਰ ਦੀਆਂ, ਐਨ ਆਰ ਆਈ ਵੀਰ ਨਗਰ ਪੰਚਾਇਤ ਹੈ। ਲਓ ਸਾਹਮਣੇ ਇਸ ਸਮੇਂ ਗੱਭਰੂ ਦੀ ਪਾਈ ਹੋਈ ਕਬੱਡੀ ਹੈ ਕਿ ਮਾੜਾ ਖੇਡ ਕੇ ਹੁੰਦਾ ਸਦਾ ਤਕੜਾ, ਕਿ ਸਿੱਧਾ ਨਹੀਂ ਕੋਈ ਤਕੜਾ ਜੰਮਦਾ, ਕਿ ਰਾਤੋ ਰਾਤ ਜਿਹੜਾ ਬੰਨ ਨੂੰ ਫਿਰੇ ਸਟਾਰ, ਤੇ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ, ਕਿ ਲੀਲਾਂ ਵਾਲੀਆਂ ਮੋਹਣਾ ਗੱਲਾਂ ਸੱਚ ਲਿਖਦਾ, ਕਿ ਹੌਲੀ ਹੌਲੀ ਬੰਦਾ ਪੌੜੀ ਚੜ੍ਹ ਸਿੱਖਦਾ, ਕਿ ਹੌਲੀ ਹੌਲੀ ਬੰਦਾ ਪੌੜੀ ਚੜ੍ਹ ਸਿੱਖਦਾ। ਲਓ ਸਾਹਮਣੇ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ, ਕਬੱਡੀ ਪੈਂਦੀ ਹੈ ਜਵਾਨੀ ਖੇਂਦੀ ਹੈ। ਲਓ ਸਾਹਮਣੇ ਕਿ ਹਾਂਜੀ ਗੁਰਮੇਲ ਸਿੰਘ ਅਵਤਾਰ ਸਿੰਘ ਛੇਵੇਂ ਪਾਤਸ਼ਾਹ ਗ੍ਰੰਥੀ ਸਾਹਿਬ ਵੱਲੋਂ 100 ਰੁਪਇਆ ਸਿੱਖੀ ਸਲੂਕ ਵਾਲੇ ਖਿਡਾਰੀ ਨੂੰ ਦਿੱਤਾ ਜਾਣਾ, ਚਾਹੇ ਰੇਡਰ ਹੋਵੇ ਚਾਹੇ ਬਾਈ ਜੀ ਸਟਾਪਰ ਹੋਵੇ, ਜਿਹੜਾ ਲਗਾਤਾਰ ਪੈਂਟ ਲਊ ਕਿਰਪਾ ਕਰਕੇ ਉਹ ਆਪੋ ਆਪਣੇ ਨੋਟ ਕਰ ਲੈਣ ਖਿਡਾਰੀ ਵੀਰ। ਸਨੇਰ ਦੇ ਮੈਚ ਤੋਂ ਬਾਅਦ ਜਿਹੜੇ ਮੈਚ ਤੇਰੇ ਕੋਲ ਲੈਫਟ ਆਈ ਉਹ ਵੀ ਬੋਲਦੀ, ਠੀਕ ਆ ਵੀਰ। ਬਾਬਾ ਅਵਤਾਰ ਸਿੰਘ ਜੀ ਵੱਲੋਂ ਵਿਸ਼ੇਸ਼ ਸਿੱਖ ਸਰਦਾਰੀਆਂ ਦੇ ਮਾਣ ਸਨਮਾਨ ਦਿੱਤੇ ਜਾਣੇ ਨੇ। ਲਓ ਸਾਹਮਣੇ ਇਸ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ, ਲਓ ਸਾਹਮਣੇ ਕਿ ਰੋੜਿਆਂ ਤੋਂ ਯਾਰੋ ਅੱਜ ਸਿਖਰਾਂ ਤੇ ਚੜ੍ਹਤੀ, ਕਿ ਪ੍ਰਵਾਸੀ ਵੀਰਾਂ ਨੇ ਕਰ ਮਿਹਨਤ ਇਹਦੀ ਗੁੱਡੀ ਅੰਬਰਾਂ ਤੇ ਚੜ੍ਹਤੀ, ਕਿ ਖਾਣ ਬਰਗਰ ਪੀਜੇ ਤੇ ਕਰਨ ਸਰੀਰ ਦੀ ਕੇਰ ਮਾਲਕਾ, ਕਿ ਰੱਖੀ ਤੂੰ ਕਬੱਡੀ ਉੱਤੇ ਮੇਹਰ ਮਾਲਕਾ, ਕਿ ਰੱਖੀ ਤੂੰ ਕਬੱਡੀ ਉੱਤੇ ਮੇਹਰ ਮਾਲਕਾ। ਅਕਾਲਗੜ੍ਹ ਕਲੱਬ ਗਾਲਬ ਤੇ ਧਰਮਕੋਟ ਖੜਕਾ ਤੇ ਜਨੇਰ ਪੱਟੀ ਤੇ ਬਗੇਲਾ ਨਿਧਾਂ ਵਾਲਾ ਤੇ ਮਾਨੂ ਕੇ ਗਿੱਲ ਡਗਰੂ ਤੇ ਡੋਲੀ ਪਾਈ, ਇਹ ਵੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਲਓ ਸਾਹਮਣੇ ਇਸ ਸਮੇਂ ਤੋਤਾ ਸਿੰਘ ਵਾਲੀਆ ਗੱਭਰੂ ਕਬੱਡੀ ਕਬੱਡੀ ਕਰਦਾ, ਲਓ ਸਾਹਮਣੇ ਚਗਾਵੇਂ ਵਾਲਾ ਇਸ ਸਮੇਂ ਘੇਰਨ ਦੀ ਕੋਸ਼ਿਸ਼ ਕਰਦਾ ਹੋਇਆ, ਤੇ ਪੁਆਇੰਟ ਇਸ ਸਮੇਂ ਤੋਤਾ ਸਿੰਘ ਵਾਲੀ ਦੀ ਟੀਮ ਦੇ ਖਾਤੇ ਵੀ ਜੋੜਦਾ ਹੋਇਆ। ਲਓ ਸਾਹਮਣੇ ਮੋਂਟੀ ਇਸ ਸਮੇਂ ਸਿੱਖ ਸਰਦਾਰ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ, ਕਿ ਬਾਜਾ ਵਾਲੇ ਆਨੰਦਪੁਰ ਛੱਡ ਦਿੱਤਾ, ਕਿ ਬਾਜ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ, ਕਿ ਚਾਰ ਪੁੱਤ ਵੀ ਦੇਸ਼ ਕੌਮ ਤੋਂ ਵਾਰ ਦਿੱਤੇ, ਕਿ ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ, ਕਿ ਮਾਛੀ ਵਾੜੇ ਦੇ ਜੰਗਲਾਂ ਦੇ ਵਿੱਚ ਜਾ ਸੁੱਤਾ, ਕਿ ਕਲਗੀ ਕਿਸੇ ਪਾਸੇ ਤੇ ਤੋੜਾ ਕਿਸੇ ਪਾਸੇ, ਕਲਗੀ ਕਿਸੇ ਪਾਸੇ ਤੇ ਤੋੜਾ ਕਿਸੇ ਪਾਸੇ, ਤੇ ਪੁਆਇੰਟ ਇਸ ਸਮੇਂ ਚੱਲ ਵੀ ਨੌਜਵਾਨਾਂ ਪਾਕ ਬੜੀ। ਲਓ ਸਾਹਮਣੇ ਤੋਤਾ ਸਿੰਘ ਵਾਲੀਆ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ, ਕਿ ਕਰਦਾ ਜੋਗੀ ਜੋਗ ਨਹੀਂ ਹੁੰਦਾ, ਕਿ ਬਾਹਰਲਾ ਸਿੱਧ ਖਵਾਉਂਦਾ, ਕਿ ਕਾਮਯਾਬੀਆਂ ਦੇਖ ਜਮਾਨਾ ਕਿੱਥੋਂ ਸੁੱਖ ਮਨਾਉਂਦਾ, ਕਿ ਲੰਗੇ ਆਣੀਆਂ ਜੋਧੇ ਆ ਚੋਭਾ ਲਾਉਂਦੇ ਥੱਕਦੇ ਨਹੀਂ, ਜਦ ਗੁੱਡੀ ਚੜ੍ਹ ਜੇ ਅੰਮ੍ਰੀ ਤੇ ਫਿਰ ਇਹੀ ਲੋਕ ਸਲਾਉਂਦੇ ਥੱਕਦੇ ਨਹੀਂ, ਜਦ ਗੁੱਡੀ ਚੜ੍ਹ ਜੇ ਅੰਮ੍ਰੀ ਤੇ ਫਿਰ ਇਹੀ ਲੋਕ ਸਲਾਉਂਦੇ ਥੱਕਦੇ ਨਹੀਂ। ਤੇ ਪੁਆਇੰਟ ਇਸ ਸਮੇਂ ਤੋਤਾ ਸਿੰਘ ਵਾਲੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਸਨੇਰ ਤੇ ਲੰਗੇ ਆਣ ਦੀਆਂ ਟੀਮਾਂ ਵੀ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਸਨੇਰ ਤੇ ਲੰਗੇ ਆਣਾ, ਲਓ ਸਾਹਮਣੇ ਇਸ ਸਮੇਂ ਮਾਂਟੀ ਦੀ ਪਾਈ ਹੋਈ ਕਬੱਡੀ ਹੈ, ਚਾਰ ਜਾਫੀ ਤੋਤਾ ਸਿੰਘ ਵਾਲੇ ਪਿੰਡ ਦੇ ਨੇ। ਲਓ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਤਾਬਾ, ਲਓ ਸਾਹਮਣੇ ਇਸ ਸਮੇਂ ਕਿ ਨੱਚਦੀ ਜਵਾਨੀ ਚੰਗੀ ਖੇਡਦੀ ਤੇ ਮਲਦੀ, ਕਿ ਜੱਜ ਦਾ ਬੁਢਾਪਾ ਜੇ ਸਿਆਣੀ ਗੱਲ ਤਰੇਗਾ, ਕਿ ਇੱਜ਼ਤ ਕਵਾਰੀ ਜੇ ਡਰ ਮਾਨੇ ਮਾਪਿਆਂ ਦਾ, ਤੇ ਸੂਰਮੇ ਦੀ ਸੋਭਾ ਜੇ ਮੈਦਾਨੇ ਜੰਗ ਲੜੇ ਤਾਂ, ਕਿ ਸੂਰਮੇ ਦੀ ਸੋਭਾ ਜੇ ਮੈਦਾਨੇ ਜੰਗ ਲੜੇ ਤਾਂ। ਕਲੀ ਵਾਲੇ ਵੀਰ ਨੂੰ ਬੇਨਤੀ ਹੈ ਕਿ ਲੈਣਾ ਤੇ ਕਲੀ ਪਾ ਦੇਵੇ, ਕਲੀ ਵਾਲਾ ਵੀਰ ਜਿੱਥੇ ਵੀ ਵਾਸ ਹੁੰਦਾ ਹੈ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਅਗਲੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਸਨੇਰ ਤੇ ਲੰਗਿਆਣਾ, ਇਕਬਾਲ ਕਲੱਬ ਗਾਲਬ ਤੇ ਧਰਮਕੋਟ ਘੜਕਾ ਤੇ ਜਨੇਰ ਪੱਟੀ ਤੇ ਬਗੇਲਾ ਨਿਧਾਂ ਵਾਲਾ ਤੇ ਮਾਨੂ ਕੇ ਗਿੱਲ ਡਗਰੂ ਤੇ ਡੋਲੀ ਪਾਈ, ਇਹ ਵੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਕਿਸੇ ਵੀ ਟੀਮ ਦਾ ਕੋਈ ਵੀ ਮੈਚ ਅੱਗੇ ਪਿੱਛੇ ਨਹੀਂ ਕੀਤਾ ਜਾਵੇਗਾ, ਖਿਡਾਰੀ ਵੀ ਨੋਟ ਕਰ ਲੈਣ, ਇਹ ਸਾਡੀ ਟੂਰਨਾਮੈਂਟ ਕਮੇਟੀ ਦਾ ਫੈਸਲਾ ਹੈ। ਲਓ ਸਾਹਮਣੇ ਲੱਗਦਾ ਹੋਇਆ ਜਫਾ ਤੇ ਪੁਆਇੰਟ ਇਸ ਸਮੇਂ ਚੁਗਾਵੇਂ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਲਓ ਸਾਹਮਣੇ ਇਸ ਸਮੇਂ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ, ਕਿ ਦੇਖਦਾ ਜਮਾਨਾ ਸਾਰਾ ਖੜ ਖੜ ਕੇ, ਕਿਹੜਾ ਲਾਉ ਧੌਲ ਕਿਹੜਾ ਕਿੰਚੀ ਜੜਦਾ, ਕਿ ਤਕੜਾ
ਧਾਵੀ ਜਿਹੜਾ ਲੈ ਜੂ ਖਿੱਚ ਕੇ ਕਿ ਜਿਹਦੀਆਂ ਪੱਟਾਂ ਚ ਹੋਇਆ ਜ਼ੋਰ ਮਿੱਤਰੋ ਵੀ ਅੱਜ ਜਾਣਾ ਜਿੱਤ ਕੇ ਕਿ ਜਿਹਦੀਆਂ ਪੱਟਾਂ ਚ ਹੋਇਆ ਜ਼ੋਰ ਮਿੱਤਰੋ ਅੱਜ ਜਾਣਾ ਜਿੱਤ ਕੇ ਅੱਜ ਕਹਿੰਦੇ ਵੀ ਸੱਦਾ ਸਿੰਘ ਬਾਈ ਦੀ ਪਾਮਰ ਤੇ ਪਵਿੱਤਰ ਧਰਤੀ ਹੈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਬੜੀ ਅਪਾਰ ਕਿਰਪਾ ਇਸ ਨਗਰ ਦੇ ਉੱਤੇ ਸਿੱਖ ਇਤਿਹਾਸ ਦਾ ਨਗਰ ਖੇੜਾ ਹੈ ਲਓ ਸਾਹਮਣੇ ਪੁਆਇੰਟ ਇਸ ਸਮੇਂ ਸਨੇਹ ਤੇ ਲੰਗੀਆਂ ਇਹਨੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਉਂਡ ਬਿਓਨ ਸਨੇਹ ਤੇ ਲੰਗੀਆਂ ਚੱਲ ਵੀ ਨੌਜਵਾਨਾਂ ਪਾਕ ਬੜੀ ਲੋ ਸਾਹਮਣੇ ਤੋਤਾ ਸਿੰਘ ਵਾਲੀਆ ਗੱਭਰੂ ਐਸਮੇ ਕਬੱਡੀ ਕਬੱਡੀ ਕਰਦਾ ਹੋਇਆ ਲਓ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਤਾਬਾ ਕਿ ਖੇਡ ਕਬੱਡੀ ਖੇਡੀ ਜਾਂਦੀ ਸੀ ਸੜਕਾਂ ਕਦੇ ਰੋੜਾਂ ਤੇ ਕਿ ਭਰ ਜੋਪੜ ਮਟਿਆਰ ਹੋ ਗਈ ਹੈ ਉੱਚੀਆਂ ਜੋੜਾਂ ਤੇ ਕਿ ਸਮੇਂ ਸਮੇਂ ਲਾਇਆ ਮੋਢਾ ਕਿ ਸਮੇਂ ਦੀਆਂ ਸਰਕਾਰਾਂ ਨੇ ਕਿ ਕੇਬਲ ਟੀਵੀ ਚੈਨਲਾਂ ਮੀਡੀਆ ਤੇ ਅਖਬਾਰਾਂ ਨੇ ਕਿ ਘਰ ਘਰ ਵਿੱਚ ਹੋ ਗਏ ਨੇ ਹੁਣ ਕਲੋਲ ਕਬੱਡੀ ਦੇ ਕਿ ਦੁਨੀਆਂ ਦੇ ਵਿੱਚ ਵੱਜ ਗਏ ਯੋਧਿਆ ਢੋਲ ਕਬੱਡੀ ਦੇ ਕਿ ਦੁਨੀਆਂ ਦੇ ਵਿੱਚ ਵੱਜ ਗਏ ਯੋਧਿਆ ਢੋਲ ਕਬੱਡੀ ਦੇ ਲਓ ਸਾਹਮਣੇ ਸਿੱਖ ਸਰਦਾਰ ਗੱਭਰੂ ਦਾ ਬੋਲਿਆ ਹੋਇਆ ਤਾਬਾ ਲਓ ਸਾਹਮਣੇ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਹੈ ਲਓ ਕੌਰ ਮਚਾਕੀ ਪਿੰਡ ਪੁਆਇੰਟ ਇਸ ਸਮੇਂ ਡਬਲ ਟੱਚ ਦਾ ਲਾਹਾ ਤੇ ਪੁਆਇੰਟ ਇਸ ਸਮੇਂ ਚੁਗਾਵੇਂ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਕਬੱਡੀ ਲਓ ਸਾਹਮਣੇ ਕਿ ਤਿਪ ਤਿਪ ਚੋਵੇ ਮੁੜਕਾ ਮੁੰਡਾ ਸੋਹਣਾ ਜਿਹਾ ਕਬੱਡੀਆਂ ਪਾਵੇ ਕਿ ਤਿਪ ਤਿਪ ਚੋਵੇ ਮੁੜਕਾ ਲਓ ਚਾਰ ਜਾਫੀ ਚੁਗਾਵੇਂ ਪਿੰਡ ਨੇ ਜਿਹੜੇ ਪਿੰਡ ਦਾ ਕੇਬਲ ਕਹਿੰਦੇ ਵੀ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਬੱਲੇ ਬੱਲੇ ਕਰਵਾਈ ਉਸੇ ਨਗਰ ਦੇ ਚਾਰ ਜਾਫੀ ਨੇ ਲਓ ਸਾਹਮਣੇ ਕਬੱਡੀ ਤੋਤਾ ਸਿੰਘ ਵਾਲੀਏ ਗੱਭਰੂ ਦੀ ਪੈਂਦੀ ਹੈ ਲਓ ਸਾਹਮਣੇ ਸਿੰਘ ਜੀ ਕਿੰਗ ਕਿ ਜਦੋਂ ਕਦੀ ਆਈ ਹੈ ਕਿ ਆਓ ਮੇਰਾ ਖਾਲਸਾ ਕਿ ਲੱਖਾਂ ਚੋਂ ਪਹਿਚਾਣਿਆ ਜਾਓ ਮੇਰਾ ਖਾਲਸਾ ਵੀ ਜਦੋਂ ਕਦੇ ਆਇਆ ਅੱਗੇ ਆਓ ਮੇਰਾ ਖਾਲਸਾ ਤੇ ਪੁਆੜਾ ਸਮੇਂ ਤੋਤਾ ਸਿੰਘ ਵਾਲੀ ਦੀ ਟੀਮ ਦੇ ਖਾਤੇ ਵੀ ਜੋੜਦਾ ਹੋਇਆ ਸਨੇਹ ਤੇ ਲੰਗੀਆਂ ਵੀ ਟੀਮਾਂ ਜਲਦੀ ਤੋਂ ਜਲਦੀ ਤਿਆਰ ਹੋ ਕੇ ਗਰਾਊਂਡ ਵਿੱਚ ਆਉਣ ਇਕਬਾਲ ਕਲੱਬ ਗਲਬ ਤੇ ਧਰਮਕੋਟ ਨੇ ਖੇਡਣਾ ਹੈ ਘੜਕਾ ਤੇ ਜਨੇਰ ਪੱਟੀ ਤੇ ਬਗੇਲਾ ਨਿਧਾ ਵਾਲਾ ਤੇ ਮਾਣੂ ਕੇ ਗਿੱਲ ਡਗਰੂ ਤੇ ਡਰੋਲੀ ਭਾਈ ਇਹ ਵੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ ਅੱਜ ਕਹਿੰਦੇ ਵੀ ਪੰਜਾਬ ਲਾਈਵ 1.com ਦੇ ਜਰੀਏ ਪੂਰੀ ਦੁਨੀਆ ਭਰ ਦੇ ਵਿੱਚ ਇਹ ਕਬੱਡੀ ਸੱਦਾ ਸਿੰਘ ਰਾਜ ਦੀ ਪੂਰੀ ਦੁਨੀਆ ਭਰ ਦੇ ਵਿੱਚ ਕਬੱਡੀ ਦਾ ਲਾਈਵ ਦਿਖਾਇਆ ਜਾ ਰਿਹਾ ਹੈ ਲਓ ਸਾਹਮਣੇ NRI ਵੀਰਾਂ ਦੇ ਸਹਿਯੋਗ ਦੇ ਨਾਲ ਲਓ ਸਾਹਮਣੇ ਗ੍ਰਾਮ ਪੰਚਾਇਤ ਦੇ ਬੜੇ ਉਪਰਾਲਾ ਕੀਤਾ ਹੈ ਲਓ ਸਾਹਮਣੇ ਕਹਿੰਦੇ ਵੀ ਪੈਂਦੀ ਹੋਈ ਕਬੱਡੀ ਹੈ ਤੋਤਾ ਸਿੰਘ ਵਾਲੀਆ ਗੱਭਰੂ ਲਓ ਸਾਹਮਣੇ ਭੱਜਦਾ ਭੱਜਦਾ ਲਓ ਸਾਹਮਣੇ ਪੁਆਇੰਟ ਇਸ ਸਮੇਂ ਤੋਤਾ ਸਿੰਘ ਵਾਲੀ ਦੀ ਟੀਮ ਦੇ ਖਾਤੇ ਵੀ ਜੋੜਦਾ ਹੋਇਆ ਚੱਲ ਵੀ ਮੰਟੂ ਪਾ ਕਬੱਡੀ ਲਓ ਸਾਹਮਣੇ ਸਿੰਘ ਸਰਦਾਰ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਹੈ ਲਓ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਤਾਬਾ ਵੇਖੋ ਕੀ ਬਣਦਾ ਹੈ ਕੀ ਜੁੜਦਾ ਹੈ ਕਿ ਟੰਗੇ ਕਿੱਲਿਆਂ ਤੇ ਕਦੇ ਨਹੀਂ ਕੰਮ ਦਿੰਦੇ ਹਲ ਬੰਸਰੀ ਤੇ ਪੋਰ ਤੈਨੂੰ ਕਿ ਰਾਤਾਂ ਨੂੰ ਰਹਿਣ ਸਦਾ ਤੁਰ ਕੇ ਖੁਸ਼ ਉੱਲੂ ਚਮ ਚੜਿਕ ਤੇ ਚੋਰ ਤੈਨੂੰ ਕਿ ਝੂੜ ਚੱਕ ਵਾਲੇ ਆ ਕਦੇ ਨਾ ਗੁੱਜੇ ਰਹਿੰਦੇ ਇਸ਼ਕ ਮੁਸ਼ਕ ਤੇ ਹਿੱਕ ਦਾ ਜ਼ੋਰ ਤੈਨੂੰ ਅੱਜ ਹਿੱਕ ਦੇ ਜ਼ੋਰ ਦੀਆਂ ਗੱਲਾਂ ਅੱਜ ਹਿੱਕ ਦੇ ਜੋਸ਼ ਦੀਆਂ ਗੱਲਾਂ ਇਹ ਸੱਦਾ ਸਿੰਘ ਵਾਲੀ ਦੀ ਪਾਮਣ ਤੇ ਪਵਿੱਤਰ ਧਰਤੀ ਹੈ ਲਓ ਸਾਹਮਣੇ ਲੱਗਦਾ ਹੋਇਆ ਮੈਚ ਵੇਖੋ ਕੀ ਬਣਦਾ ਸਮੇਂ ਦੀਆਂ ਘੜੀਆਂ ਵੀ ਟਿਕ ਟਿਕ ਕਰਦੀਆਂ ਨੇ ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਤੇ ਪੁਆਇੰਟ ਇਸ ਸਮੇਂ ਚੁਗਾਵੇਂ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾਕ ਬੜੀ ਲਓ ਸਾਹਮਣੇ ਇਸ ਸਮੇਂ ਸਾਹਮਣੇ ਜੇ ਰੰਗ ਦੇ ਵਿੱਚ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਫੀ ਚੁਗਾਵੇਂ ਪਿੰਡ ਦੇ ਨੇ ਲਓ ਸਾਹਮਣੇ ਇੱਕ ਗਲੀ ਤੇ ਸਿੰਘ ਜੀ ਕਿੰਗ ਹੈ ਲਓ ਸਾਹਮਣੇ ਕਿ ਬਾਜਾਂ ਵਾਲੇ ਗੁਰੂ ਦੀ ਮੈਂ ਸਿਫਤ ਕਰਾਂ ਕਿਹੜੀ ਕਿ ਕੀਤੀ ਕੁਰਬਾਨੀ ਬੇਮਿਸਾਲ ਬਾਜਾਂ ਵਾਲੇ ਨੇ ਕਿ ਬੁਝੇ ਹੋਏ ਚਿਹਰਿਆਂ ਤੇ ਰੌਣਕ ਪਰਤਿਆਈ ਕਿ ਪੰਥ ਐਸਾ ਸਜਿਆ ਕਮਾਲ ਬਾਜਾਂ ਵਾਲੇ ਨੇ ਲਓ ਸਾਹਮਣੇ ਪੈਂਦੀਆਂ ਕਬੱਡੀਆਂ ਨੇ ਚਰਚਾ ਕੇ ਪੁਆੜ ਇਸ ਸਮੇਂ ਤੋਤਾ ਸਿੰਘ ਵਾਲੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾਕ ਬਣੀ ਲਓ ਸਾਹਮਣੇ ਸਿੱਖ ਸਰਦਾਰ ਗੱਭਰੂ ਇਸ ਸਮੇਂ ਫੇਰ ਕਬੱਡੀ ਕਬੱਡੀ ਕਰਦਾ ਹੋਇਆ ਹੈ ਕਿ ਗੋਲ ਜਿਹਾ ਦਾਇਰਾ ਵਿੱਚ ਹੰਦੇ ਦੋ ਦਿਸਦੇ ਕਿ ਚੜ ਜਾਂਦਾ ਚਾਹ ਜਿੱਥੇ ਖਿਡਾਰੀ ਵਿੱਚ ਦਿਸਦੇ ਕਿ ਜਾਵਾਂ ਮੈਂ ਬਲਿਹਾਰੇ ਜੀ ਨੇ ਕਾੜੇ ਦੀ ਕੱਢੀ ਕਿ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਕਿ ਜ਼ੋਰ ਤੇ ਜਵਾਨੀ ਵਾਲੀ ਇਹੋ ਯਾਰੋ ਖੇਡ ਕਿ ਇਹਦੇ ਵਿੱਚ ਹੁੰਦੇ ਨੇ ਸਾਨਾਂ ਵਾਲੇ ਪੇੜ ਲਓ ਸਾਹਮਣੇ ਲੱਗਦਾ ਹੋਇਆ ਜੱਫਾ ਤੇ ਪੁਆਇੰਟ ਇਸ ਸਮੇਂ ਤੋਤਾ ਸਿੰਘ ਵਾਲੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਹੈ ਚੱਲ ਵੀ ਨੌਜਵਾਨਾਂ ਪਾ ਕਬੱਡੀ ਸਨੇਹ ਤੇ ਲੰਗੀਆਂ ਨੇ ਉਹ ਵੀ ਟੀਮਾਂ ਜਲਦੀ ਤੋਂ ਜਲਦੀ ਤਿਆਰ ਰਹਿਣ ਇਕਬਾਲ ਕਲੱਬ ਗਾਲਬ ਤੇ ਧਰਮਕੋਟ ਦੇ ਖੇਡਣਾ ਹੈ ਘੜਕਾ ਤੇ ਜਨੇਰ ਪੱਟੀ ਤੇ ਬਗੇਲਾ ਨਿਧਾ ਵਾਲਾ ਤੇ ਮਾਣੂ ਕੇ ਗਿੱਲ ਨੇ ਖੇਡਣਾ ਡਗਰੂ ਤੇ ਡਰੋਲੀ ਇਹ ਵੀ ਟੀਮਾਂ ਜਲਦੀ ਤੋਂ ਜਲਦੀ ਆਪੋ ਆਪਣੇ ਕੱਪੜੇ ਉਤਾਰ ਕੇ ਗਰਾਊਂਡ ਵਿੱਚ ਆਉਣ ਲਓ ਸਾਹਮਣੇ ਇਸ ਸਮੇਂ ਤੋਤਾ ਸਿੰਘ ਵਾਲੀਆ ਗੱਭਰੂ ਕਬੱਡੀ ਕਬੱਡੀ ਕਰ ਲਓ ਸਾਹਮਣੇ ਚਗਾਵੇਂ ਪਿੰਡ ਦਾ ਗੱਭਰੂ ਇਸ ਸਮੇਂ ਜੱਫਾ ਨਹੀਂ ਲਾ ਸਕਿਆ ਤੇ ਪੁਆਇੰਟ ਇਸ ਸਮੇਂ ਤੋਤਾ ਸਿੰਘ ਵਾਲੀ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾਗੜ ਲਓ ਸਾਹਮਣੇ ਮੰਟੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਕੇਸੀ ਪੁੱਤ ਬਰਾੜਾਂ ਦਾ ਜਿਹਦਾ ਪਿੰਡ ਸੀ ਬਾਜਾ ਖਾਨਾ ਅੱਖੀਆਂ ਤੋਂ ਦੂਰ ਗਿਆ ਕਿ ਬੰਨ ਕੇ ਲਾੜੀ ਮੌਤ ਦਾ ਗਾਨਾ ਅਗਲੀ ਟੀਮ ਬੋਲਦੀ ਅਗਲੀ ਸਨੇਰ ਤੇ ਲੰਗਿਆਂ ਨੇ ਜੋ ਟੀਮਾਂ ਤਿਆਰ ਨੇ ਸਨੇਰ ਤੇ ਲੰਗਿਆਂ ਨਾਲੇ ਆਪਾਂ ਬਾਈ 10:30-11 ਪੈਂਦਾ ਨੇ ਜੇ ਤਾਂ ਧਰਮ ਸਿਆ ਬਾਈ ਕਰਨੀ ਹੈ ਜੰਗਾ ਠੀਕ ਹੈ ਜੀ
ਸਨੇਹ ਤੇ ਲੰਗਿਆ ਨਾ ਇਹ ਵੀ ਟੀਮਾਂ ਜਲਦੀ ਤੋਂ ਜਲਦੀ ਤਿਆਰ ਰਹਿਣਾ ਇਕਬਾਲ ਕਲੱਬ ਗਾਲਬ ਤੇ ਧਰਮਗੋੜ ਨੇ ਖੇਡਣੇ ਘੜਕਾ ਤੇ ਜਨੇਰ ਪੱਟੀ ਤੇ ਬਗੇਲਾ ਨਿਧਾ ਵਾਲਾ ਤੇ ਮਾਨੂ ਕੇ ਗਿੱਲ ਡਬਲੂ ਤੇ ਡੋਲੀ ਇਹ ਵੀ ਟੀਮਾਂ ਜਲਦੀ ਤੋਂ ਜਲਦੀ ਤਿਆਰ ਰਹਿਣਾ ਲਓ ਸਾਹਮਣੇ ਤੋਤਾ ਸਿੰਘ ਵਾਲੀਆ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਲਓ ਸਾਹਮਣੇ ਆ ਸਮੇਂ ਕਿ ਖੇਡ ਕਬੱਡੀ ਖੇਡੀ ਜਾਂਦੀ ਸੀ ਸੜਕਾਂ ਕਦੇ ਰੋੜਾਂ ਤੇ ਕਿ ਭਰ ਜੋਬਣ ਮਟਿਆਰ ਹੋ ਗਈ ਹੈ ਉੱਚਿਆਂ ਜੋੜਾਂ ਤੇ ਕਿ ਸਮੇਂ ਸਮੇਂ ਲਾਇਆ ਮੋਢਾ ਕਿ ਸਮੇਂ ਦੀਆਂ ਸਰਕਾਰਾਂ ਨੇ ਕਿ ਕੇਬਲ ਟੀਵੀ ਚੈਨਲਾਂ ਮੀਡੀਆ ਤੇ ਅਖਬਾਰਾਂ ਨੇ ਤੇ ਘਰ ਘਰ ਵਿੱਚ ਹੋ ਗਏ ਨੇ ਹੁਣ ਕਲੋਲ ਕਬੱਡੀ ਦੇ ਕਿ ਦੁਨੀਆਂ ਦੇ ਵਿੱਚ ਵੱਜ ਗਏ ਯੋਧਿਆ ਢੋਲ ਕਬੱਡੀ ਦੇ ਕਿ ਦੁਨੀਆਂ ਦੇ ਵਿੱਚ ਵੱਜ ਗਏ ਯੋਧਿਆ ਢੋਲ ਕਬੱਡੀ ਲੋ ਸਾਹਮਣੇ ਸਿੱਖ ਸਰਦਾਰ ਗੱਭਰੂ ਸਮੇਂ ਚਗਾਮੇ ਪਿੰਡ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਫੀ ਤੋਤਾ ਸਿੰਘ ਵਾਲੀ ਦੀ ਧਰਤੀ ਲੋ ਸਾਹਮਣੇ ਇਸ ਸਮੇਂ ਪੁੱਠੀ ਪੈ ਚੁੱਕੀ ਹੈ ਕਿ ਆਪਣੇ ਦੰਦ ਚੀਨ ਦੀ ਕੰਧ ਬੜੀ ਮਜ਼ਬੂਤੀ ਹੁੰਦੀ ਹੈ ਜਦ ਪੈ ਜੇ ਪੁੱਠੀ ਕੈਂਚੀ ਦੇ ਗੱਲ ਕਸੂਤੀ ਹੁੰਦੀ ਹੈ ਲੋ ਸਾਹਮਣੇ ਲੱਗਦਾ ਹੋਇਆ ਜੱਫਾ ਵੇਖੋ ਕੀ ਮੰਨਦਾ ਕਿ ਸਮੇਂ ਦੀਆਂ ਘੜੀਆਂ ਵੀ ਟਿਕ ਟਿਕ ਕਰਦੀਆਂ ਨੇ ਲਓ ਸਾਹਮਣੇ ਚੱਲਦਾ ਹੋਇਆ ਮੈਚ ਹੈ ਅਗਲੀਆਂ ਟੀਮਾਂ ਵੀ ਤਿਆਰ ਰਹਿਣ ਸਨੇਰ ਤੇ ਲੰਗੇਣਾ ਉਸ ਤੋਂ ਬਾਅਦ ਉਹਨਾਂ ਦਾ ਮੈਚ ਹੋਵੇਗਾ ਚੱਲ ਵੀ ਨੌਜਵਾਨਾਂ ਪਾ ਕਬੱਡੀ ਲਓ ਸਾਹਮਣੇ ਇਸ ਸਮੇਂ ਗੱਭਰੂ ਤੋਤਾ ਸਿੰਘ ਵਾਲੀਆ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਫੀ ਚੁਗਾਮੇ ਪਿੰਡੇ ਨੇ ਕਿ ਹੱਥ ਫੜ ਕੇ ਆਪਣੇ ਧਰਮ ਤਕੜੀ ਤੇ ਘੱਟ ਕਿਸੇ ਨੂੰ ਤੋਲੀਏ ਨਾ ਕਿ ਜੇ ਕਿਸੇ ਦੀ ਮਦਦ ਕਰ ਦਈਏ ਤੇ ਭੇਦ ਉਹਦਾ ਕਿਸੇ ਕੋਲੇ ਫੁੱਲੀਏ ਨਾ ਕਿ ਪਰਦਾ ਪਾਈਏ ਹਰੇਕ ਦੀ ਪੱਤ ਉੱਤੇ ਤੇ ਪੱਤ ਕਿਸੇ ਦੀ ਫੁੱਲੀਏ ਨਾ ਸ਼ਾਇਦ ਝੋਲੀ ਵਿੱਚ ਸੁੱਚੇ ਲਾਲ ਹੋਣ ਤੇ ਮੰਦਾ ਕਿਸੇ ਫਕੀਰ ਨੂੰ ਬੋਲੀਏ ਨਾ ਤੇ ਮੰਦਾ ਕਿਸੇ ਫਕੀਰ ਨੂੰ ਬੋਲੀਏ ਨਾ ਚੱਲ ਵੀ ਨੌਜਵਾਨਾਂ ਪਾ ਕਬੱਡੀ ਲਓ ਸਾਹਮਣੇ ਚੁਗਾਮੇ ਪਿੰਡ ਦਾ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਲਓ ਸਾਹਮਣੇ ਕਿ ਗੋਲ ਜਿਹਾ ਦਾਇਰਾ ਵਿੱਚ ਹੰਦੇ ਦੋ ਦਿਸਦੇ ਕਿ ਚੜ ਜਾਂਦਾ ਚਾਹ ਜਿੱਥੇ ਖਿਡਾਰੀ ਵਿੱਚ ਦਿਸਦੇ ਕਿ ਜਾਮਾ ਮੈਂ ਬਲਿਹਾਰੇ ਜਿਹਨੇ ਕਾੜੇ ਦੀ ਕੱਢੀ ਕਿ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਕਿ ਜ਼ੋਰ ਤੇ ਜਵਾਨੀ ਵਾਲੀ ਇਹੋ ਯਾਰੋ ਖੇਡ ਕਿ ਇਹਦੇ ਵਿੱਚ ਹੁੰਦੇ ਨੇ ਸਾਨਾ ਵਾਲੇ ਪੇੜ ਲਓ ਸਾਹਮਣੇ ਪੁਆੜਾ ਸਮੇਂ ਚੁਗਾਮੇ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਖਿਡਾਰੀ ਵੀਰੋ ਅਸੀਂ 5-7 ਮਿੰਟ ਟੀਮਾਂ ਐਂਟਰ ਕਰਾਂਗੇ ਕਲੱਬ ਦੀਆਂ ਕੋਈ ਵੀ ਟੀਮ ਪਹੁੰਚੀ ਹੋਵੇ 5-7 ਮਿੰਟਾਂ ਦੇ ਵਿੱਚ ਸਾਡੇ ਨਾਲ ਬਾਈ ਜੀ ਆ ਕੇ ਸੰਪਰਕ ਕਰ ਸਕਦੇ ਆ ਧੰਨਵਾਦ ਜੀ ਚਲੋ ਜੀ ਵੀਰੋ ਕਬੱਡੀ ਓਪਨ ਦੀ ਜੇਕਰ ਕੋਈ ਵੀ ਟੀਮ ਪੁੱਜੇ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਟੂਰਨਾਮੈਂਟ ਕਮੇਟੀ ਵੱਲੋਂ ਬੇਨਤੀ ਹੈ ਕਿ ਸਾਡਾ ਰਾਸਤਾ ਕਾਇਮ ਕਰਨ ਕਬੱਡੀ ਓਪਨ ਦੀ ਚੱਲ ਵੀ ਨੌਜਵਾਨਾਂ ਪਾ ਕਬੱਡੀ ਸਨੇਰ ਤੇ ਲੰਗਿਆਂ ਨੇ ਖੇਡਣਾ ਵੀ ਟੀਮਾਂ ਜਲਦੀ ਤੋਂ ਜਲਦੀ ਤਿਆਰ ਹੋ ਜਾਣ ਲਓ ਸਾਹਮਣੇ ਸਿੱਖ ਸਰਦਾਰ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਇਸੇ ਨਾਲ ਮੈਚ ਸਮਾਪਤ ਹੈ ਜੀ ਤੋਤਾ ਸਿੰਘ ਬਾਈ ਦੀ ਟੀਮ ਜੇਤੂ ਆ ਬਾਈ ਗੇਲੇ ਤੋਤਾ ਸਿੰਘ ਬਾਈ ਦੀ ਟੀਮ ਜੇਤੂ ਆ ਨੋਟ ਕਰ ਲਓ ਆਓ ਜੀ ਸਨੇਹ ਬਾਈ ਜੀ ਜੋ ਮੈਚ ਲਾ ਕੇ ਗਏ ਆ ਕਿਰਪਾ ਕਰਕੇ ਜੋ ਸਿੱਖੀ ਸਰੂਪ ਚ ਕਿਰਪਾ ਆਪਣਾ ਮਾਨ ਸਨਮਾਨ ਬਾਬਾ ਅਵਤਾਰ ਸਿੰਘ ਛੇਵੇਂ ਪਾਤਸ਼ਾਹ ਗ੍ਰੰਥੀ ਸਾਹਿਬ ਤੋਂ ਆਪਦਾ ਸਨਮਾਨ ਲੈਣ ਦੀ ਕਿਰਪਾਲਤਾ ਕਰਨ ਬਾਈ ਜੀ ਜੋ ਸਾਡੇ ਵੀ ਗੁਰਪ੍ਰੀਤ ਗੋਰਾ ਨੇ ਅਨਾਊਂਸ ਕੀਤਾ ਕਿ ਬਾਬਾ ਜੀ ਸਿੱਖ ਸਰੂਪ ਖਿਡਾਰੀ ਵਿਸ਼ੇਸ਼ ਅੱਜ ਮਾਨ ਸਨਮਾਨ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਬਾਬਾ ਜੀ ਦਾ ਚੱਲ ਵੀ ਨੌਜਵਾਨੋ ਸਨੇਹ ਤੇ ਲੰਗਿਆਂ ਦੀਆਂ ਟੀਮਾਂ ਹੁਣ ਸੈਂਟਰ ਲਾਈਨ ਤੇ ਸਨੇਹ ਤੇ ਲੰਗਿਆਂ ਇਕਬਾਲ ਕਲੱਬ ਗਾਲਬ ਤੇ ਧਰਮਕੋਟ ਇਹ ਵੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ ਘੜਕਾ ਤੇ ਜਨੇਰ ਨੇ ਖੇਡਣਾ ਪੱਟੀ ਤੇ ਬਗੇਲਾ ਨਿਧਾ ਵਾਲਾ ਤੇ ਮਾਨੂ ਕੇ ਗਿੱਲ ਡਗਰੂ ਤੇ ਡਰੋਲੀ ਇਹ ਵੀ ਟੀਮਾਂ ਜਲਦੀ ਤੋਂ ਜਲਦੀ ਤਿਆਰ ਹੋ ਕੇ ਗਰਾਊਂਡ ਵਿੱਚ ਆਉਣ ਬਾਈ ਜੀ ਪੁਆਇੰਟਾਂ ਦਾ ਵੇਰਵਾ 10.5-11 ਇਹ ਆਪਦਾ ਰੈਫਰੀ ਸਾਹਿਬਾਨ ਨੋਟ ਕਰ ਲਓ ਨੋਟ ਕਰ ਲਓ ਖਿਡਾਰੀ ਵੀਰੋ 10.5-11 ਤੇ ਜਿੱਤ ਹਾਰ ਹੋਵੇਗੀ ਇਹ ਸਾਡੇ ਟੂਰਨਾਮੈਂਟ ਕਮੇਟੀ ਦਾ ਫੈਸਲਾ ਹੈ ਆਓ ਜੀ ਸਨੇਰਾਂ ਦੀ ਟੀਮ ਹੋ ਗਈ ਹੈ ਉਹ ਬੋਲਦੇ ਯਾਰ ਕੀ ਕਹਿੰਦਾ ਮਾੜਾ ਯਾਰ ਸਾਡਾ ਵੀਰ ਮਾਲੇ ਤੋਂ ਲਖਵਿੰਦਰ ਹੈ ਮਾਂ ਦੀ ਡੈਥ ਹੋਈ ਹੈ ਪਿਛਲੇ ਦਿਨ ਜੋ ਕਿ ਮੀਂਹ ਪਿਆ ਉਹਦਾ ਮਕਾਨ ਡਿੱਗ ਪਿਆ ਇਹਦਾ ਵੀ ਵੀਰ ਦਾ ਵੱਧ ਤੋਂ ਵੱਧ ਮਾਣ ਸਨਮਾਨ ਕੀਤਾ ਜਾਵੇ ਕਿ ਜਦੋਂ ਮੀਂਹ ਪਿਆ ਪਿੱਛੇ ਜੇ ਉਦੋਂ ਇਹਦਾ ਮਕਾਨ ਡਿੱਗ ਪਿਆ ਇੱਕ ਹੀ ਕੋਠਾ ਸੀ ਇਹਦਾ ਵੀ ਗਰੀਬ ਦਾ ਵੱਧ ਤੋਂ ਵੱਧ ਮਾਨ ਸਨਮਾਨ ਕਰ ਰਹੇ ਦਰਸ਼ਕ ਵੀਰਾਂ ਨੇ
कला वीर है यह वो वो मान सम्मान करना है। लो जी नोट कर लो इस समय सनेरां दी टीम हो गई है पिंड वाली साइड ते लंगियां दी टीम हो गई सड़क वाली साइड। लो सामने सोना इस समय सनेर पिंड दा कबड्डी कबड्डी करदा जिथों दा कहिंदे भी गुरप्रीत गोपी भी कनेडा विच खेडिया जिथों दे कहिंदे भी। लो सामने गुरचरण सनेर वधिया बोल बोलदा है मैक ते। लो सामने उसे पिंड इस समय पहला डेढ़ अंक अपनी टीम दे खाते विच जोड़दा होया है। चल भी लंगे वालियां गभरूआ पा कबड्डी कि काम वर्गी तेज निगाह हुंदी आ जिहड़े रेडरां दी कि पता नहीं लगता किहड़े वेले हथ लाई जांदे ने कि लंगे वालियां जोधे आए दिन चार जवानी दे जेने सांभ लैंदे गभरू वो तो छाई जांदे ने कि लंगे वालियां जोधे आए दिन चार जवानी दे। लो सामने सेव कै समय राणी बाल की धरती का मूहरे होके घेरन की कोशिश करता होया। लो सामने कि पिड़ते ने साण वेखे सारा जग बई कि मार मार तौला कढ़ने गए अग बई कि कौन किन्ने पानी विच अज पता जाना लग बई अज कौन किन्ने के पानी विच है। लो सामने चलता होया मैच। चल भी नौजवान पाक बड़ी लो सामने सनेर पिंड का गभरू इस समय कबड्डी कबड्डी करता होया कीता उस अल्लाह ताला वाहिगुरु नु याद इस समय। लो सामने कबड्डी कबड्डी करता होया चार जाफी लंगियां ने पिंड ने। लो दो सिख सरदार है ते दो मोने ने। लो सामने संत बाबा अवतार सिंह जी वल्लों बाबा जी वल्लों बशी माले दे पिंड दा बंदा जी तीर्थमाला साहब दे पिंड दा बंदा कोठे लोकां नु दिंदा ए कहिंदे मेरे कोठा ढहगा तीर्थमाले ने मेरी मदद नहीं कीती। पतंदर कहिंदा चल भी लंगे आनी है गभरू पाक बड़ी। लो सामने बाबा अवतार सिंह जी वालों अज विशेष मान सम्मान किए जा रहे हैं सिख सरदार खिडारियों के। लो सामने सिख सरदार मुंडा बबली झिड़कदा कि कहिंदे ते कहाउंदे ओह धावियां ना मिकदा कि ला दिंदा जप्पा जारो जोर ला के हिकदा। लो सामने सेव कै समय पॉइंट इस समय सनेरां दी टीम के खाते भी जोड़ता होया है। चल भी नौजवान पाक बड़ी। लो सामने राजू इस समय कबड्डी कबड्डी कर रहा है सिख सरदार गभरू हरगोबिंद साहब जी की मीरी पीरी के मालिक की धरती है सनेर पिंड। लो सामने इस समय कबड्डी कबड्डी करता हुआ है। लो चार जाफी लंगियां ने पिंड ने। लो सामने इस समय गभरू का बोलिया हुआ ताबा के मरक बिना गभरू ते अणक बिना मटियार नहीं के लंगे वालियां छिंदिया बे मुकबर का इतबार नहीं। लो सामने सिख सरदार गभरू इस समय ते पौड़ा समय सनेरा की टीम के खाते भी जोड़ता हुआ है। अगलिया टीमां भी जल्दी तो जल्दी ग्राउंड विच आउण इकबाल क्लब गालब ते धर्म कोड टीमां जल्दी तो जल्दी ग्राउंड विच आउण। लो सामने इस समय लंगे वालियां गभरू कबड्डी कबड्डी करता हुआ है के लो सामने इस समय बोलिया हुआ ताबा। लो समय मां मिट्टी की उड़ती हुई धूड़ के सोधी है समाना नू के नजरां तो बचाई रब्बा इन्हां शेर जवानां नू के नजरां तो बचाई रब्बा इन्हां शेर जवानां नू। लो सामने कबड्डी कबड्डी करता हुआ है के लो सामने इस समय गभरू का बोलिया हुआ ताबा है कोई छीणी मां का शेर पुत जिहड़ा इहनू डक लवे जिहड़ा इहनू रख लवे। लो सामने आ उड़ती धूड़ दिसे के बोता यार दा नजर आवे के उड़ती धूड़ दिसे बोता यार दा नजर आवे। लो सामने पौड़ा समय सनेरां दी टीम दे खाते विच सेफ ने क्या करा होर वादा करता है। लो सामने सोनिया समय एक सनेत पिंड दा एक कोड़ कोड़ दा दुनिया दा महान खिडारी है। लो सनेर पिंड दा सोनिया समय कबड्डी कबड्डी करता होया चार जाफी लंगियां ने पिंड ने जिथों दे जोधे वर्गे लो जिथों दे छिंदे अनपढ़ वर्गे। लो सामने इस समय लो सामने कबड्डी पैंदी है दुनिया बैंदी है कि बड़ी दूरों दूरों आए बैठे भुखे तेते आए कि किसी गलों ना इन्हां दे विच घाट रड़ के अज बोलदा कबड्डी दा जलून पंजाबियां दे सिर चढ़ के अज बोलदा कबड्डी दा जलून पंजाबियां दे सिर चढ़ के। इकबाल क्लब गालब ते धर्मगोड़ दीआं टीमां नूं बेनती है कि जल्दी तो जल्दी ग्राउंड विच आउण। घड़का ते जनेर ने खेलना पट्टी ते बगेला निधा माला ते मानू के गिल डगरू ते डोली ए भी टीमां जल्दी तो जल्दी ग्राउंड विच आउण। चल भी नौजवान पाक बड़ी। लो सामने इस समय गुरप्रीत कबड्डी कबड्डी करता हुआ है सनेर पिंड दा। लो सामने कबड्डी कबड्डी करता हुआ है के गोल जिहा डेरा विच हंदे दो दिसदे। लो सामने गभरू दे पाई होई कबड्डी है के नंगे पिंड ते जवानी च चमकदी है के जिवें चमकदा सोना सुनियार दा ए के पता विच मैदान ते उदों लगू केड़ा जितदा ते केड़ा हारदा ए के पता विच मैदान ते उदों लगू केड़ा जितदा ते केड़ा हारदा ए। लो सामने सिख सरदार गभरू लंगे वालियां समय घेरन दी कोशिश करदा होया ते पौड़ा समय सनेरां दी टीम दे खाते भी जुड़दा होया। चल भी नौजवाना पा कबड्डी। लो सामने समय कद भावें छोटा लो सामने समय
गबरू कबड्डी कबड्डी करता होया लो सामने गबरू का बोलिया होया तामा लंगे आना पिंड है लो सामने समय खिलाड़ियों का पिंड है लो सामने कबड्डी कबड्डी करता होया गबरू देखो की बनता है चार जाफी सनेर पिंड ने जेड़े पिंड गोपी कहते भी कनेडा के बख बख शहर के बल्ले बल्ले करवाई उस नगर ने चार जाफी ने लो सामने सनेरा वाला गबरू है समय के बीमा लंगे इक्की मां साल चढ़िया के कद काठ है मुंडे ने कमाल करिया के चढ़ गई है जवानी अथरी जी जट ते के पौंदा है कबड्डी थापी मार मोटे परते लाओ सामने पैंदिया कबड्डिया ने लाओ सामने सिख सरदार है समय कबड्डी कबड्डी करता हुए इकबाल क्लब गालब ते धर्मकोट दी टीमां नूं बेनती है कि जल्दी तो जल्दी ग्राउंड विच आउण इकबाल क्लब गालब ते धर्मकोट करका ते जनेर पट्टी दे बगेला निधा माला ते माणू के गिल लो सामने डगरू ते ड्रोली ने खेलना भी टीमां जल्दी तो जल्दी तैयार रहन लो सामने सिख सरदार गबरू समय कबड्डी कबड्डी करता हुए कि कोई एक बारे कोई दो बारे कोई देश कौम तो सत बारे के सत बार के कहने पाना मीठा लागे तेरा के सरबंस दानिया वे ओथे लेके जा कली जिथे रेफरी खड़ा पाले ते इकबाल क्लब गालब ते धर्मकोट दी टीमां भी तैयार रहन इकबाल क्लब गालब ते धर्मकोट चल भी लो सामने सनेहना वाले गबरू आ पाक कबड्डी ऐसे ना मैच समाप्ता जी सनेर दी टीम जेतुआ जी नोट कर लो सनेर आओ जी इकबाल क्लब गालब ते धर्मकोट सनेर जेतुआ भाई गमेर जी सनेर ठीक है जी ठीक है इकबाल क्लब गालब ते धर्मकोट दी टीमां अगलिया मैच ते कबड्डियां ऐसे नगर दा गोपी सदा सिंह वाला हेलो ए तरत मालवे दी मैकां दी राणी है ए मेलिया जावां दी एक रीत पत्नी है ए रण है बपरी शेरां दा ए ते बाबे नानक जन्म लिया मुल पैंदा तेरा तेरा दा आओ जी अगले मैच दे लई इकबाल क्लब गालब ते धर्मकोट इकबाल क्लब गालब ते धर्मकोट दा मैच खेडिया जाणागा अगला मैच जिहड़ा खेडिया जाणा कड़का ते जनेर आ क्लब दे जिहड़े तीन मैच हैगे चार है तू बाद 63 किलो दा मैच होऊगा 63 किलो दा फाइनल मैच सरावा ते सदा सिंह वाला ते सरावा आ मैच करा दिओ जिहड़े हैगे आ गालब ते जिहड़ा मैच खेडिया जाणागा धर्मकोट दीआं टीमां दा अगला मैच भी जिहड़ा बहुत वधिया खेडिया जाणागा कड़का ते जनेर पट्टी ने खेडना बघेले वाले दे नाल निधा वाले दा मैच जिहड़ा माणू के गिल्ला दे नाल खेडिया जाणागा ड्रोली ते डकरू दा मैच खेडिया जाणागा इकबाल क्लब गालब दी जिहड़ी टीम आ ओह बिल्कुल रोड वाली साड़ चली गई आ पिंड वाली साड़ जिहड़ी टीम आ धर्मकोट दी आ पहली कबड्डी देखांगे भी साबले जे रग दे विच गुरी नजबन गालब पिंड दा पहली कबड्डी नजबन ने धरती मां नूं टेक मथा पा दित्ती आ कि हद्दियां नूं टेक मथा पहली कौड़ी पाई होवे अगे लगा देख जफा ताड़ी दशकां बजाई होवे जद लै के पांडता भी विच हद्दियां दे खड़दा साडे गुरदेव सिंह प्रधान गिर साहब पहुंचे आ असीं उहनां दा बहुत बहुत स्वागत करदे आ 5500 रुपये दा योगदान आ कमेटी नूं गुरदेव सिंह प्रधान गिर साहब गुरदेव सिंह जी गिल प्रधान गालब दी धरती ते भी कबड्डी दा महाकुंभ करवाया जा रहा जिथे 41-31 हजार दे प्राइज दिते जा रहे आ इस समय लाल पट्टी दे विच गबरू दी पैंदी हुई कबड्डी के एको जिहा रंग हो जे मुड़के रुपइयां दा लैण देण हो जे साडा दातियां ते कईयां दा मियां वाली मंडी विच बैठ कर गौर दा
करी किते मेल मौला दिल्ली ते लाहौर दा अगला मैच जेड़ा खेड़ा जाणागा कड़का पिंड ते जनेर दीआं टीमां भी अगले मैच दे लई पा जाणा नाल ही पट्टी ते बघेले दा मैच खेड़ा जाणागा डकरू दी देखांगे भी ड्रोली दे नाल डांग खड़कणी आ पाट जेड़ा ढाबी दे हिस्से जुड़दा होया कि मैं लख समय दीआं मन्नी आ समय मेरी एक ना मन्नी मैं गई समय बलहारी समय खसकाई करनी लो बुरी गालब वाला अगली कबड्डी पाउण दे ले वादा होया कि डौलिया च जान होवे पट्टा उत्ते मान होवे चुंडी जावे ना शरीर उत्ते बड्डी मित्रो फेर खेडी जाती है कबड्डी मित्रो ऐस समय गुरी गालब वाला पाउंदा होया कबड्डी डबल टच दा इशारा चमकौर सिंह जी फैसला करदे होए पाट जिहड़ा नजबण ढाबी दे हिस्से जुड़दा होया अगली कबड्डी धर्मकोटीए दी आ कि चंगे चंगे ढाबियां तो आउंदा नहीं है लोट ना इहदा लखा ते पिंड धर्मकोट अज देखांगे ओह वी गबरू पुजेगा गगड़े दी टीम दे लई चंगीआं कबड्डियां पावेगा ऐस समय कबड्डी जिहड़ी धर्मकोटीए दी आ यफा गालब वाले गबरू दा कि कढ के बगाना पुत मारिया हुंदा जिवें मक्खण चवाल नी चंगा मुल पाया साडा हीरीए मझियां चराके बारह साल नी मझियां चराके बारह साल नी कड़का ते जिहड़ा अगला मैच जनेर दीआं टीमां दा दोवें टीमां ग्राउंड दे विच पहुंच जाणा कड़का वर्से जनेर लो कबड्डी जिहड़ी गालब वाले गबरू दी आ देखांगे भी जगराऊ जिले दी टीम आ दूजे पासे धर्मकोटीआ भी देखांगे भी नजबल लत्ती लगागा कि खुज पटनी ते बड़ी औखी लौड़ी है कबड्डी विच धाक मित्रो दा मेहनत मशक्कतां दा लगदी सब खा के खुराक मित्रो कड़का ते जनेर दीआं टीमां अगले मैच दे लई वेट बुक्स विच पहुंच जाणा कड़का वर्सेज जनेर लो धर्मकोटीआ गबरू अगली कबड्डी पाउण दे लई वादा होया दूजे पासे रेफरी दा फैसला भी डबल टच दा टैक्निकल पार्ट जिहड़ा धर्मकोट दी टीम दे हिस्से जुड़दा होया लो नजबान ने देखा के भी अगली कबड्डी गालब वाले गबरू दी पैंदी हुई के बली पुत मामा दे कबड्डी खेड के बन जांदे ने सुपर स्टार मित्रो कई कट जांदे ने ओ घरां दी गरीबी कई जांदे डुबे बिने तार मित्रो बली पुत मामा दे कबड्डी खेड के बन जांदे ने सुपर स्टार मित्रो अगली कबड्डी धर्मकोटीआ गबरू देखांगे भी लगातार कबड्डियां पा रहेगा कि माड़ा खेड खेड बंदा होंदा तकड़ा ते सिद्धा तकड़ा नहीं कोई जम लैंदा रातों रात जो बनू स्टार फिरे ओ बंदा नहीं रहिंदा किसे काम दा लीला लिया मोणा गल्ला सच लिखदा कि हौली हौली बंदा पौड़ी चढ़नी सिखदा चार जा पीने गालब दी धरती दे ऐस समय देखांगे भी धर्मकोटीए गबरू दी पैंदी हुई कबड्डी चार जा पी गालब दे ऐस समय नजबन लत्ती लगागा देखांगे भी पॉइंट केड़ी टीम दे हिस्से जुड़ेगा पॉइंट जिहड़ा याफियां दे हिस्से जुड़दा होया पॉइंट गालब दा कड़का ते जनेर दीआं टीमां दोवें टीमां पहुंच जाणा नाल ही जिहड़ा पट्टी दा मैच बघेले वाले दे नाल खेड्या जाणागा ऐस समय नजबण दी लाल पट्टी दे विच पैंदी हुई कबड्डी पाण जिहड़ा ढाबी दे हिस्से जुड़दा होया कड़का ते जनेर पट्टी ते बघेले वाला डकरू ते ड्रोली दा मैच खेड्या जाणागा माणू की गिल्ला ने निधा वाले दे नाल खेडणा लो ऐस समय नजबण धर्मकोटीआ अगली कबड्डी पाउण दे लई वादा होया कि डौले फड़कदे चेहरा मुस्कान परदा चारे पासे गबरू नूं ठीक ठाक कहंदे गुड्डी अंबरी गिल दी चढ़ी मित्रो इहनूं लल्लियां वाला संदीप कहंदे पाट जिहड़ा धर्मकोट दी टीम दे हिस्से जुड़दा होया लो ऐस समय नजबण गालब वाले दी पैंदी हुई कबड्डी दूजे पासे नजबण धर्मकोटीआ चढ़ाउंदा होया निम्म ते करेला देखांगे भी नजबण दी लगी हुई कैंची कि गुट नूं फड़ के जड़दे जंदरे कोई हाथ छड़ावे ना आ धर्मकोटीआ गुट नूं फड़ के जड़दे जंदरे कोई हाथ छड़ावे ना पाट जिहड़ा धर्मकोट दी टीम दे हिस्से जुड़दा होया अगली कबड्डी नजबण धर्मकोटीआ पाउण दे लई वादा होया कि नहर दी पटड़ी उत्ते जा जा रहे सा लाउणियां पैंदियां ने खल वालियां बोरियां निचोड़ निचोड़ के पकड़ां बनाउणियां पैंदियां ने
फेर जाके अंत नू कदे हुंदी जित कदे हार मित्रू एना सौखा नहीं बाना कबड्डी दा सटार मित्रू चार जाफी ने गालब दी धरती दे देखांगे भी केड़ा नजबन ऐस समय जाफा लाउण दी गल करेगा डक्कन दी गल करेगा रखण दी गल करेगा ऐस समय देखांगे भी पाट जिहड़ा गालब दी टीम दे हिस्से जुड़दा होया नाली गुरदेव सिंह जी गिल मौजूदा सरपंच वो भी साढ़े दरम्यान पुजे आ वार्ड नंबर 9 तो असि उन्हां दा भी धन्नवाद करदे आ केड़ी टीम जित गई धर्मे वीर गालब गुरी क्लब गालब दी जिहड़ी टीम आ जेतू आ जी ठीक है आओ अगला मैच जिहड़ा खेडिया जाणागा घड़का वर्सेस जनेल दीआं टीमां दा पाणी छिड़क दिओ भाई ओए करम सिंह दा अल्टर है जय सिंह 33 ले गया वे जय सिंह आओ जी कड़का बरसज जनेर नाली पट्टी ते बगेले वाला मानू के गिल ते नेदा वाला डकरू ने ड्रोली दे नाल मैच खेड़ा जाणागा ए सारियां ही टीमां अपने मैच नोट कर लेना अगला मैच जिहड़ा बगेले वाला ते पट्टी दा खेड़ा जाणा दोवे टीमां ग्राउंड दे विच पहुंच जाण जनेर बरसज कड़का नाल ही ग्राउंड दे विच पानी दा छिड़का कीता जावे जेडे भी प्रबंधक वीरां दी ड्यूटी आ ओह ग्राउंड दे विच पानी दा छिड़का कीता जावे अगला मैच भी नाल ही मेरा वीर रैपली वीर कोटा मधोके वाला ओह भी ग्राउंड दे विच पहुंच जावे कोटा मधोके नाली पट्टी ते बगेले वाले दीआं टीमां नूं बार बार लॉन्च कर रहे हैं भी टीमां ग्राउंड दे लागे आ जाणा पट्टी ते बगेले वाला जनेर बरसज कड़के दा जिहड़ा मैच खेड़ा जाणा दोवे टीमां सेंटर लाइन ते आ जाओ जनेर बरसज कड़का नाल ही कोटा मधोके पिंडा वी ग्राउंड दे विच पहुंच जावे कोटा मधोके वाला अगला मैच खेड़ा जाणागा पट्टी बरसज बगेले वाला मानू के गिल ते निदा वाला डकरू ते ड्रोली साढ़े 10-11 गिल साहब काका जी ओ ना दस दे वीर इधर पॉइंट आने कड़का दे जनेर कड़का ते जनेर दा बहुत ही सोहना मैच खेड़िया जा रहा है अगले मैच दे लई टीमां बॉक्स दे विच पहुंच जाण बगेला ते पट्टी नाल ही माड़ू के गिल ते निदा वाला डकरू ते ड्रोली दा मैच खेड़ा जाणा
ਇਹ ਸਾਰੀਆਂ ਹੀ ਟੀਮਾਂ ਸਮੇਂ ਦੇ ਅਨਸਾਰ ਗਰਾਊਂਡ ਦੇ ਲਾਗੇ ਬਹੁ ਜਾਣਾ ਅਗਲਾ ਜਿਹੜਾ ਮੈਚ ਖੇਡਿਆ ਜਾਣਾਗਾ ਪੱਟੀ ਤੇ ਬਗੀਲੇ ਦਾ कोई क्लब दी टीम साडे दरम्यान पहुंची होवे ता हाथ बन के बेनती है भी अपनी टीम एंटर करा लवे असी चार पांच मिंटा दे विच विच उन्हां टीमां दी अभी टाइयां कढ के मैच शुरू करवा दिते जाने आ बाद च दूजे राउंड दी टाइयां पा के जिहड़े मैच स्टार्ट करवाए जाणगे पट्टी ते बघेले वाले दा मैच खेडिया जाणा इह दोवें टीमां ग्राउंड ते लागे आ जाण पट्टी ते बघेले वाला गुरप्रीत यार सत्ता सिंह वाले नूं यार ते उन्हां नूं त्रेड़कड़े दा मैच करा दिओ उन्हां ने जाणा विचारिआं ने सरावां वाले ने ठीक है जी त्रेट किलो भार वर्ग का जिहड़ा फाइनल मैच खेडिया जाणागा सरावां ते सत्ता सिंह वाला त्रेट किलो भार वर्ग का फाइनल मैच खेडिया जाणागा Thank you.
आओ जी दोवें टीमां सेंटर लाइन ते जनेर बरस जी घड़का अगला मैच जिहड़ा खेडिया जाना गा पट्टी ते बघेले वाले दीआं टीमां दा ओह भी टीमां ग्राउंड दे विच पहुंच जाण पट्टी बरस जी बघेले वाला सरदार लक्ष्मण सिंह जी टीमां नोट कर लो साडा जिहड़ियां दोवां ही टीमां दीआं जनेर दी जिहड़ी टीम आ पिंड वाली साइड चली गई आ नाल ही जिहड़ी दूजी टीम आ घड़का पिंड देखांगे भी बिल्कुल तरन तरन वेलां नूं बेनती आ जिहड़ियां दूजियां गद्द वालियां कुर्सियां उत्ते होर ला दिओ बंदे बाहरों आ रहे आ कुर्सियां बाहरों होर जाके ला दिओ पिंड वाली साइड जिहड़ी टीम आ जी जनेर दी आ इधर पिंड जी घड़के दी टीम आ घड़का रोड वाली साइड जिहड़ी स्कूल वाली साइड टीम आ उह घड़के दी खेड रही आ हेलो भाई लक्ष्मण सिंह ख्याल ना बैंड लिखी नाल कोई भाला जा कर्म सुन दाजकबीर भी साडा नोट कर लेना घड़के पिंड की जिहड़ी टीम आपां देखांगे भी रोड वाली साइड चली गई आ दूजे पासे जिहड़ी टीम जनेर दी आ साढ़े दस ग्यारह दे जित हारा साढ़े दस ग्यारह पिंड ठीक है गिल वीर पहली कबड्डी कहिंदे भी लाल पट्टी दे विच जस्सा नजमन देखांगे भी घड़के पिंड दा हल्का जिहा टच कर जिहड़ा पॉइंट अपनी टीम दे हिस्से जुड़दा होया अगली कबड्डी देखांगे भी जनेर वाले गभरू दी आ लो अगली कबड्डी जिहड़ी जनेर वाले गभरू ने पा दित्ती आ कि फुल्लां उत्ते भौरे नचण बदल विच समाना कुड़ियां कटियां होण तरिंजनी गभरू विच मदाना गभरू देश मेरे दे सोहणे चौड़ियां हीका ते मन मोहणे तकड़े जिसे ने पलवाना दे आ विच मैदान दे परखे जांदे यौर जवाना दे पांड जिहड़ा देखांगे भी जनेर दी टीम दे हिस्से जुड़दा होया अगली कबड्डी मोनू घड़के पड़दा देखांगे भी हरी पट्टी दे विच राजबान ने धरती मां नूं टेक मत्था जिहड़ी अगली कबड्डी पा दित्ती आ कि डौलिया च जान होवे पट्टा उत्ते मान होवे चुंडी जावे ना नाली कली वाला वीर ग्राउंड विच कली पहुंच पा देवे डेरा श्री राम तला मलूका जी दी धरती ते भी कहंदे भी कबड्डी ओपन दे मैच करवाए जा रहे आ जिथे चार मोटरसाइकिल दिते जा रहे आ उथे भी टीमां ने वध तों वध पहुंच के हिस्सा लैणा लै इक पासे नजमन देखांगे भी घड़के वाला यफा नहीं ला सकिया पर जिहड़ा जनेर दी टीम दा 1 तरीक नूं जिहड़े डेरा श्री राम तला मलूका जी की धरती से बाबा राणा सिंह जी दस रहे असि उन्हां दा भी तहे दिल धन्नवाद करते हैं लो कबड्डी घड़के वाले गभरू दी देखांगे भी गोरा चिट्टा रंग गभरू का दूजे पासे नजमन जनेर वाला डकन की गल करता रखन की गल पर पाट जिहड़ा घड़के की टीम के हिस्से जुड़ता हुआ अगला मैच जिहड़ा खेडिया जाना गा पट्टी ते बघेले वाले का लो नजमन जनेर वाला अगली कबड्डी पाउण दे लई वादा होया कि फिर कंधा विच थापियां तू मारदा पता लग जूगा तोले होए भार दा जदों मिल गया कोई भाड़े परिवार दा ते किते भी नहीं जी लगदा घोड़ी घोड़ियां च देख ली भजा के वे करे पता की लगदा लो नजमन घड़के पड़दा गोरा अगली कबड्डी पाउण दे लई वादा होया
चार जाफी ने अगे जनेर दी धरती दे के गोरा गोले आणियां सकंजा जाफदा कापी उत्ते देख लो नंबर छापदा चार जाफी देखांगे भी अगे जिहड़े जनेर दी धरती दे आ ते आ नजबण घड़के वाला बिलकुल कहंदे भी तरन तरन दे लागे पिड़ वस जांदा घड़का ते आ नजबण घड़के वाला पॉइंट अपनी टीम दे हिस्से जोड़दा होया नाली अगला जरा मैच खेडा जाना गा बघेले बाला ते पट्टी दियां टीमां दा दोवें टीमां ग्राउंड ते लागे आ जाणा नाली जरा मानव के गेला दा मैच निदाले दे नाल खेडा जाणा गा डकरू ते ड्रोली दा मैच खेडा जाणा लो आ समय कालू घड़के वाला देखांगे भी नजबण मूरे अड़के हौसला करके पुत्रिया सान सिंगा तो फड़के जफा लाही जांदे आ के चंगे कोच सियाणे मापे जाउण दा ढंग सिखाही जांदे आ पाण जिहड़ा नजबण घड़के वाला अपनी टीम दे हिस्से जोड़दा होया अगली कबड्डी नजबण जैसा सिखी स्वरूप दे विच घड़के पिंड वाला अगली कबड्डी पाउण दे लई वादा होया कि टेंदे देश नूं नहीं सी जदों सहारा कोई उदों पिता देश तों वारिया मैं माता गुजरी सरहद दे विच गुजरी समा गुजरिया जिवें गुजारिया मैं चार पुत दित्ते सा परमात्मा ने ओ भी जोड़ा जोड़ा करके वारिया मैं मैनू शहण शाणा कहो सिंगू इता किस्ताना करज अतारिया मैं इता किस्ताना करज अतारिया मैं लो अगली कबड्डी जड़ी जनेर वाले गबरू दी आ चार जाफी ने घड़के दी धरती दे देखांगे भी केड़ा नजबण डक्कण दी गल करेगा रखण दी गल करेगा लो डबल टच दा इशारा फौजी भाणी बाई पिड़दा फैसला करदा भी पाठ जिहड़ा नजबण ढाबी दे हिस्से जुड़दा होया अगला जिहड़ा मैच खेडिया जाणागा पट्टी बरसज बघेले वाले दा डकरू ते ड्रोली दा मैच जुड़ागा निदाला ते माणू के गिल असी बार बार टीमां नूं काल कर रहे हां जिहड़ी टीम सामे सिर ना पुजी टीम सक्रैच कर दित्ती जाणी आ सारियां ही टीमां नोट कर लैणा इस समय करम कोच दा फैसला भी जिहड़ा पॉइंट आ जनेर दी टीम दे हिस्से जुड़दा होया अगली कबड्डी जनेर वाले गबरू दी आ लो लाल पट्टी खतरे दी निशानी आ के तूड़ा पट्टी जांदे ने जिन्ना ने दुद्ध मामा दा पीता ढाबी फड़ने सौखे नी लखा दुल्ला बिल्ला ते कल जीता आए नौजवान कालू घड़के पड़दा लगातार दूजा जफा इस नौजवान दा पाण जिहड़ा घड़के दी टीम दे हिस्से जुड़दा होया अगली कबड्डी नौजवान देखांगे मोनू घड़के पड़दा हरी पट्टी दे विच नाजा ने कबड्डी पा दित्ती आ चार जाफी देखांगे भी कौन नौजवान इस समय जफा लाउण दी गल करेगा इस समय नौजवान लत्ती लगा पर इस गबरू नूं जफा लाउणा दरियावां नूं बन्न मारन वाली गल आ पाण जिहड़ा ਕੜਕੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਪਾ ਜਨੇਰ ਵਾਲਾ ਗੱਭਰੂ ਲਓ ਜਨੇਰ ਪਿੰਡ ਵਾਲਾ ਗੱਭਰੂ ਦੇਖਾਂਗੇ ਵੀ ਕਿ ਛੋਟਾ ਜਿਹਾ ਕੱਦ ਮੁੰਡੇ ਦਾ ਢਾਬੀ ਫਰਦੀ ਲਾਏ ਕਿ ਵਿੱਚ ਗਰਾਊਂਡ ਦੇ ਇੰਜ ਮੇਲਦਾ ਜਿਹਦਾ ਮੇਲਦਾ ਨਾਗ ਜਰੀਲਾ ਏ ਕਿ ਬੋਲਾ ਦੇ ਵਿੱਚ ਇੰਜ ਬੋਲਦਾ ਜਾਂ ਹੋਵੇ ਪਤੀਸਾ ਕਿ ਸੋਹਣ ਸਿੰਘ ਦੇ ਘਰ ਦਾ ਪੁੱਤ ਸਟਾਰ ਬਣ ਗਿਆ ਇੰਦਗੜ ਦੀ ਧਰਤੀ ਦਾ ਬਗੀਚਾ ਲਓ ਪਾਣ ਜਿਹੜਾ ਜਨੇਰ ਵਾਲੇ ਗੱਭਰੂ ਦੇ ਹਿੱਸੇ ਜੁੜਦਾ ਹੋਇਆ अगली कबड्डी जसे गबरू दी आ देखांगे भी फिक्की भी कायम आ ते खेड भी कायम आ गबरू दे के फुल्लां उत्ते हर कोई सौ लैंदा कंडियां ते सौणा औखा है कलगी तर दशमेश पिदाड़े पुत चार बारे ते पुत एक मरवाउणा औखा है पाण जिहड़ा घड़के दी टीम दे हिस्से जुड़दा होया अगला मैच जिहड़ा खेडिया जाणागा पट्टी ते बघेले वाला निदाला ते बाणू के गिल डकरू ते ड्रोली दा मैच होना लो कबड्डी जनेर वाले गबरू दी आ चार जाफी ने देखांगे भी घड़के दी धरती दे आ नजबण देखांगे भी घड़के वाला के गुंदिया शरीर पे आ पूरा तेज भजण नूं कहिंदा पर पाण जिहड़ा नजबण जनेर वाले दे हिस्से जुड़दा होया
लो अगली कबड्डी देखा के भी नजबण मोनू कड़के पिंडवाला अगली कबड्डी पाउण दे लई वादा होया चार जाफी ने वेखा के भी जनेर पिंड दे पर नहीं जिहड़ी सफलता ताबी दे कदम चुमदी होई कि रेडर दे लई पा जरूरी जाफी दे हद पक्के मैच समाप्त है जी धर्मे वीर केड़ी टीम जित गई आ नोट कर लो जी इस मैच दे विच बूटा सिंह प्रधान जी कड़के दी टीम जित गई आ कड़का आओ जी अगले मैच दे लई पट्टी ते बघेले वाला मैच बहुत तगड़ा खेडिया जाणागा पट्टी ते बघेले वाले दा नाल ही जिहड़ा अगला मैच खेडिया जाणागा माणू के गिल ते दिदा वाले दा लओ नजबण नारा बघेले वाला ग्राउंड दे विच पहुंच गया नाल ही बगीचा इंदगढ़ दा के अमरू बगीचा जाफी कह रहे जे शरीरां दे करदे ने ताबियां ते वार तिखे बाग तीरां दे नाल ही नजबण गेंदरी बघेले वाला भी देखा कि नजबण चढ़दी उम्र दा ए टॉप दा ताबी आ मैच बहुत तगड़ा खेडिया जाणा नाल ही पट्टी दी टीम ग्राउंड दे विच पहुंच जावे पट्टी ते जिहड़ा मैच बघेले वाले दा खेडिया जाणा नाली मानू के गेल वर्सज निदा वाले दी टीमां भी ग्राउंड दे लागे रहण मानू के गेल ते निदा वाला पट्टी दी टीम नू एक मिनट दी काल आ पट्टी पट्टी दी टीम जिथे भी बाज नू सुनदी होवे एक मिनट दे विच विच पहुंच जावे पट्टी पट्टी दी टीम हेलो भाई जी अपने खेड मेले दे विच बहुत ही तगड़ा प्लेयर बगीचा इंदगढ़िया पहुंचा जिने भाई जी पता ही नहीं किन्ने वारी इंग्लैंड की धरती से कनेडा से खेडन का माण मिले गभरू नू बगीचा एक बारी वीरिया फतेह साझी करे अपने नगर वासियों के नाल धन्यवाद करते हैं भाई जी अगला मैच जिहड़ा खेडिया जाना गा मानू के गिल बरस जिदा बल दिया टीमा दा ओ भी दो में टीमा सत्र लाइन ते आ जाओ मानू के गिल बरस जिदा बाला आ मैच जिहड़ा पूरा वधिया खेडिया जाणागा पट्टी दी जिहड़ी टीम आपां देखांगे भी रोड वाली साड चली गई आ पिंड वाली साड जिहड़ी टीम आ बघेले वाले दी आ पहली कबड्डी नारे दी आ देखांगे भी नजबण पाट लै हवा हवा बणदा आ नजबण नारा बघेले पड़दा पाट जिहड़ा बघेले दी टीम दे हिस्से जुड़दा होया अगली कबड्डी नजबण पट्टी वाले दी आ कि दाम वाले पलबाती रेडर दूरे करदा रहिंदे नंबर पलां दे विच पूरे करदा देखांगे भी पर पाट जिहड़ा पट्टी दी टीम दे हिस्से जुड़दा होया अगला मैच जिहड़ा खेडिया जाणा मारू के गिल बरस जिहदा बल दीआं टीमां दा लओ पिंदरी नजबण बघेले वाले पिंड दा अगली कबड्डी पाउण दे लई वादा होया कि नहीं उह लभिआ हुसन पंजाब वरगा ना ही फुल ते ना ही फुलकारियां ने यार दिलिआ नहीं यार लई मरन वाला झूठी टौर ते फोकियां यारियां ने मखण बरार ने घुम लई कुल दुनिया सची बिच पंजाब सरदारियां ने सची बिच पंजाब सरदारियां ने लओ कबड्डी देखा के भी नजबण पट्टी वाले दिया चार जाफी ने देखा के भी चिट्टी पट्टी दे विच नजबण बगीचा ते आ नजबण बघेले वाली आ यफा नहीं ला सकिया पाट जिहड़ा देखा के भी पट्टी दी टीम दे हिस्से जुड़दा होया अगली कबड्डी नारे दी आ देखांगे भी तीन जाफी ने पट्टी वाले इस समय नजबण पट्टी गरलाल वाले दे नाल हाथ जोड़ियां ते पाट जिहड़ा बघेले वाले दी टीम दे हिस्से जुड़दा होया लओ नजबण पट्टी वाला अगली कबड्डी पाउण दे लई वादा होया कि जे खेडनी होवे कबड्डी मित्रो बैल कोई नहीं लाईदा तो माग दिया ठंडा दे विच छड़ना पैंदा निगर जाईदा जेड हार दी धुप दे विच सहणी पैंदी है मार मित्रो अन्ना सौखा नहीं बनना कबड्डी दा स्टार मित्रो 63 किलो भार वर्ग दा जिहड़ा फाइनल मैच खेडिया जाणागा फरामा बरस जे सरदार सिंह वाले दीआं टीमां
अगली कबड्डी पाउण दे लई वादा होया कि जिहड़ा तीर निशाने खुंज जे ओ कादा ए हथियार ओदी जित हमेशा दोस्तो जो पहला कर जे बार ओदी जित हमेशा दोस्तो जो पहला कर जे बार 63 किलो भार वर्ग दा जिहड़ा फाइनल मैच खेडा जाणागा सरावा बरस जी सदा सिंह वाले दीआं टीमां ओह भी ग्राउंड दे विच पहुंच जाण नाली जिहड़ा लड़कियां दा शो मैच भी करवाया जाणागा 4 बजे जिहड़ा लड़कियां दा शो मैच होवेगा ओह भी देखण योग होवेगा लै कबड्डी नजबण देखांगे भी बगेले आले पिंड दा गभरू अगली कबड्डी पाउण दे लई वादा होया अगे तीन जापी ने पट्टी दी धरती दे के भगत सिंह दा लगदा फंसी ना दुनिया चेते करदी राणी झणसी कौन कहंदा जे बिच मैदान ना लड़दी कच्चे घड़े दी गल ना हुंदी जे सोहनी चना ना तरदी राजे दा इतिहास ना हुंदा जे हीर इश्क ना करदी गुरदास मान ने गाउणा नहीं सी जे कलम ताकत ना भरदी हरजीत बराड़ ने मरना नहीं सी जे मौत हुंदी उहदे करदी जे छाती विच बल ना होवे ते दुनिया कदे ना चेते कर दे लो पट्टी वाला गबरू अगली कबड्डी पाउण दे लई वादा होया के ढूड़ा पट्टी जांदे ने जिन्हां ने दुध मावां दा पीता ताबी फड़ने सौखे नहीं लखा दुल्ला बिल्ला ते कलजीता एक पासे देखा के भी नजबान ने पट्टी वाले नू ला सुना या वाह पॉइंट अपनी टीम दे हिस्से जोड़ दिता मैच समाप्त तरमे वीर केड़ी टीम जीतू आ इस मैच दे विच नोट कर लो जी बघेले वाले दी टीम जीतू आ नाल ही 63 किलो भार वर्ग दा जिहड़ा फाइनल मैच खेडिया जाणागा सरावा बरस ज सदा सिंह वाले दी टीमां ओह भी दोवें टीमां ग्राउंड दे विच पहुंच जाण सदा सिंह वाला बरस ज सरावा नाल ही माणू ने गुल पहले तेरे 10 मिंट आई लाइट पहुंची ना ओ पहला ਉਹ ਨਵੇੜ ਦੀ ਇਥੋਂ ਜਿਹੜੇ ਹੈਗੇ ਆ ਮੈਚ ਕਲੱਬ ਦੇ ਫਿਰ ਸਦਾ ਸੰਘ ਵਾਲਾ ਆਜੂ 2 ਮੈਚ ਰਹਿੰਦੇ ਆ ਠੀਕ ਆ ਵੀਰ ਗੇਲਾ ਜੀ ਨਿਧਾ ਵਾਲਾ ਬਰਫ ਜ ਮਾਣੂ ਕੇ ਗਿੱਲ ਇਹ ਵੀ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣਾ ਨਿਧਾ ਵਾਲਾ ਬਰਫ ਜ ਮਾਣੂ ਕੇ ਗਿੱਲ ਮੈਚ ਬਹੁਤ ਤਕੜਾ ਖੇਡਿਆ ਜਾਣਾ ਇਹ ਵੀ ਨਿਧਾ ਵਾਲਾ ਤੇ ਮਾਣੂ ਕੇ ਗਿੱਲ ਅਗਲਾ ਜਿਹੜਾ ਮੈਚ ਖੇਡਿਆ ਜਾਣਾਗਾ ਡਕਰੂ ਤੇ ਡਰੋਲੀ ਦੀਆਂ ਟੀਮਾਂ ਦਾ अगला मैच दे लई दोवें टीमां तैयार रहन डकरू वर्स ज डरोली आ जिहड़ा मैच खेडा जाणागा माणू के गिल वर्स ज निधा वाला हेलो नाली मडीला कबड्डी डॉट कॉम दे जरिए जेडे मैचा दा आनंद माणदे होए असी उहनां दे सारे दर्शक वीरां दा ते बाहरले पलवंत दे सज्जनां दा धन्नवाद करांगे आ जिहड़ा मैच खेडा जाणागा निधा वाला बरस ज माणू के गिल दीआं टीमां दा नाली बिंदर सिद्धू जी मडीला वाले ओ भी निड़दे जरिए इस मैचां दा बाहर बैठे आनंद माण रहे आ एक पासे जिहड़ी टीम निधा वाले दी आ दूजे पासे टीम माणू के गिल पिण दी आ
निदा वाले की जी टीम धर्मे भी नोट कर ली रोड वाली सार टीम निदा वाले की आ मानू के गिला की जी टीम आ पिंड वाली सार चली गई आ पाली कबड्डी निदा वाले वाले पिंड का गबरू पाली कबड्डी पाउन दे वादा होया के गोल जिहड़ा दायरा बिच हंदे ने जो दिसदे चढ़ जांदा चा जद खिडारी भीर दिसदे जामा बलहारे जी ने काडे दी कड्डी आ खेडनी कबड्डी यारा खेडनी कबड्डी आ आ नजबन देखा कि भी मानू के गिल पिंड दे बूटे ने ला सोना याफा पाट अपनी टीम दे हिस्से जोड़ दिता अगली कबड्डी देखा कि भी मानू के गिल पिंड वाला गबरू लाल पट्टी दे बिच अगली कबड्डी पाउन दे लई वादा होया के जे खेडनी होवे कबड्डी मित्रों बाल कोई नहीं लाईदा ओ मागदियां ठंडा दे बिच छड़ना पांदा निगर जाईदा जे दहाड़ बिच सहणी पैंदी है टुपदी मार मित्रों एना सौखा नहीं बना कबड्डी दा स्टार मित्रों अगला मैच डकरू ते डरोली दीआं टीमां दा खेड्या जाणा ऐ समय नजबन देखा कि भी खाई वाला दीप अगली कबड्डी पाउण दे लई वादा होया चार जाफी ने देदा आले पिंड दे इक कंडी ते बैली आ नजबन लंबू जफा नहीं ला सकिया पाड़ जिहड़ा बाणू के गिल पिंड दी टीम दे हिस्से जुड़दा होया अगली कबड्डी गोरा नजबन देखा कि भी देदा आले पिंड वाला अगली कबड्डी पाउण दे लई वादा होया के वेले नहीं हो बह के असी वक्त गुजारिया कई कई साल मथा लोहे नाल मारिया रखिया दिमाग विच गड्डियां ना नडियां भई ता जाके खाड़ियां जे पौने आ कबड्डिया पाड़ जेड़ा देखा के भी मान के गिल्ला वाले बूटे ने अपनी टीम दे हिस्से जोड़ दिता अगली कबड्डी नजबन देखा के भी मनी नजबन दी पैंदी हुई चार जाफी अगे देखा के भी निदा आले पिंड दे आ के फेरे कंधा बिच थापियां तू मारदा पता लग जूगा तोले हो पारदा जदो मिल गया कोई पाड़े परिवार दा ते किते भी नहीं जी लगदा घोड़ी घोड़ियां च देख ली पजा के बे करे पता की लगदा पाड़ जिहड़ा देखा के भी ताबी दे हिस्से जुड़दा होया भाई जी 63 किलो वर्ग भी सद्दा सिंह वाला ते सरावा दोवे टीमां खेड मैदान अंदर आ जाणो एक मैच तो बाद उन्हां दा मैच होना है लव पाट जिहड़ा देखा के भी निदा आले दी टीम दे हिस्से जुड़दा हुआ अगली कबड्डी देखा के भी दीप खाई पिंड वाला के टंगे किलियां ते कदे नहीं काम दिंदे लंगोटा हल ते बंसरी पोर तनो रातां नूं तरके सदा खुश रहण उल्लू चाम चड़िक ते चोर तनो सदे बालिया गल्ला ना कदे रहण गुजे इश्क मुश्क ते हिकदा जोर तनो पाण जिहड़ा देखा के भी मानू के गिल्ला दी टीम दे हिस्से जुड़दा होया अगली कबड्डी देखा के भी निदा वाले गबरू दी पांदी होई दूजे पासे नजमन मानू के गिल पड़दा बूटा कि खुच कढ़नी ते बड़ी औखी लाउणी है कबड्डी विच ताक मित्रू दा मेण दम शक्तां ने लगदी सब खा के खराक मित्रू लव कबड्डी नजमन मणी दी आ देखा के भी गुंदिया शरीर आ गबरू दा कि बाली भज तरिया जीते मौर दा पंगा पाके आ सिंह फस गए गोडियां दे मित्रू बाजो गोडी ला के बिल्कुल देखा के भी गोडी ला के मैच देखण वाले आ एक पासे निदा वाले पिंड दा गबरू जफा नहीं ला सकिया पाण जिहड़ा बाणू के गिल्लां दी टीम दे हिस्से जुड़दा होया अगली कबड्डी गबरू ने धरती मार नूं टेक मथा पा दित्ती आ अगे चार जाफी ने मानू के गिल्ला दी धरती दे देखांगे भी के खातर अणख ते सच लई मरन जेड़े उस कौम दे सूर में मर्द दलेर हुंदे कि देखना भेड़ां ते बकरियां दा देखण वाले ता साना दे पेड़ हुंदे लो अगली कबड्डी नजमन दीप खाई पिंड वाला जिस पिंड दा कहंदे भी बाला भी दुनिया दा स्टार आ नाल कोटा मधोगी विड़दा फैसला करदा भी पाड़ जिहड़ा मानू के गिल्ला दी टीम दे हिस्से जुड़दा होया अगली कबड्डी गबरू निदा वाले पिंड दा नजबण पाउण दे लई वादा होया के मदाना विच गबरुआं दे पिंडे इंज लिशकदे जिवें लिशकदा सोणा सुनियारदा है विच मैदान दे पता लगदा केड़ा जितदा ते केड़ा हारदा है पाड़ जिहड़ा निदा वाले दी टीम दे हिस्से जुड़दा होया
अगली कबड्डी नजबन देखांगे मानु के जिला बड़ा नजबन अगली कबड्डी पाउण दे ले वादा होया के बेबी दयाल कोबिया दा मखण चड़िकदा सिद्धमा दे चाड़े दा भी ना पूरा बिकदा एक पासे आ नजबन देदा बालिया यफा नहीं ला सकया पाट जिहड़ा मानु के गिल्ला दी टीम दे हिस्से जुड़दा होया मैच समाप्त है जी केड़ी टीम जीत गई है धर्मे भाई मानु के गिल्ला दी टीम जेतू है जी नोट कर लो मानु के गिल हेलो बहुत ही शानदार मैच खेड मैदान विच डगरू ते डरोली भाई दी टीमां विचकार शुरू होण जा रहा खेड मैदान विच डगरू वर्सेस डरोली भाई धर्मवीर साइड नोट कर इधर मेन रोड वाली साइड डरोली भाई जी 63 किलो वाले वीरां नूं बेनती है सरावां ते सत्ते वाले नूं ਬਾਈ ਜੀ ਇਦੂ ਅਗਲਾ ਮੈਚ 63 ਕਿਲੋ ਦਾ ਵਰਗ ਦਾ ਸਰਾਵਾਂ ਤੇ ਸੱਤੇ ਵਾਲੇ ਨੂੰ ਬੇਨਤੀ ਹੈ ਬਾਈ ਜੀ ਆ ਜਾਓ ਇਦੂ ਬਾਅਦ ਨਹੀਂ 63 ਕਿਲੋ ਉਦੋਂ ਬਾਅਦ ਗੇਲਾ ਸਾਂ 75 ਕਿਲੋ ਦੇ ਮੈਚ ਕਰਾਉਣੇ ਆ ਬਾਈ ਜੀ ਸੱਦਾ ਸਿੰਘ ਵਾਲਾ ਤੇ ਸਰਾਵਾਂ 63 ਕਿਲੋ ਤੋਂ ਬਾਅਦ ਫਾਈਨਲ 75 ਘੋਲੀਆ ਬੱਦੋਵਾਲ ਦੋਵੇਂ ਟੀਮਾਂ ਉਹ ਵੀ ਖੇਡ ਮੈਦਾਨ ਦੇ ਅੰਦਰ ਆ ਜਾਣ ਫਾਈਨਲ ਜਿਹੜੇ ਇਕੱਠੇ ਹੀ ਕਰਾ ਦੇਣੇ ਆ ਬਾਈ ਜੀ ਹੈਲੋ ਕਬੱਡੀਆਂ ਕਿੰਨੀਆਂ ਦੇਣੇ ਵੀਰ ਗਿੱਲ ਵੀਰ ਕਿੰਨੀਆਂ ਕਾਊਟੀਆਂ 10:30-11 ਪੈਣੀ ਵਾਲਿਆ ਤੈਨੂੰ ਪਤਾ ਸਾਰਾ ਯਾਰ ਤੂੰ 10:30-11 ਧਰਮੇ ਵੀਰ ਸਾਈਡ ਨੋਟ ਕਰ ਡਰੋਲੀ ਭਾਈ ਦੀ ਟੀਮ ਇੱਧਰ ਮੇਨ ਰੋਡ ਵਾਲੀ ਸਾਈਡ ਆ ਤੇ ਡਗਰੂ ਪਿੰਡ ਇਧਰ ਪਿੰਡ ਵਾਲੀ ਸਾਈਡ ਆ ਪਹਿਲੀ ਰੇਡ ਡਰੋਲੀ ਭਾਈ ਵਾਲਾ ਨੌਜਵਾਨ ਖੇਡ ਮੈਦਾਨ ਵਿੱਚ ਪਾ ਰਿਹਾ ਤੇ ਦੂਸਰੇ ਪਾਸੇ ਲਓ ਡਗਰੂ ਪਿੰਡ ਕਿ ਡਗਰੂ ਡਰੋਲੀ ਕੋਲ ਕੋਲੀ ਥੰਮੜ ਤੇ ਖੁਖਰਾਨਾ ਮੋਗੇ ਬਣ ਗਈ ਨੈਸਲੀ ਡੇਰੀ ਕੱਲਾ ਦੇ ਵਿੱਚ ਠਾਣਾ ਕੌਡੀਆਂ ਪਾ ਮੁੰਡਿਆ ਅੱਜ ਬਣ ਕੇ ਪੁੱਤ ਸਿਆਣਾ ਲਓ ਜੱਦੀ ਪਿੰਡ ਨੌਜਵਾਨ ਦਾ ਸਾਥੂ ਪਿੰਡ ਆ ਪਿੰਡਾ ਕਬਾਡੀ ਪਾ ਰਿਹਾ ਖੇਡ ਮੈਦਾਨ ਵਿੱਚ ਕਿ ਮਿੱਤਰਾਂ ਦੇ ਪਿੰਡ ਜਾਣ ਦੀ ਮੁੰਡਾ ਕਰਦਾ ਫਿਰੇ ਤਿਆਰੀ ਦੂਸਰੇ ਪਾਸੇ ਡਰੋਲੀ ਭਾਈ ਪਿੰਡ ਦਾ ਲੱਖੀ ਨੌਜਵਾਨ ਕਹਿਰਵਾਨ ਹੋ ਗਿਆ ਖੇਡ ਦੇ ਮੈਦਾਨ ਵਿੱਚ ਲੱਗਾ ਹੋਇਆ ਜ਼ੋਰ ਕਿ ਚੁਗੀਆਂ ਭਰਦੇ ਮਿਰਗੇ ਨੂੰ ਜਿਵੇਂ ਸ਼ੇਰ ਨੇ ਪਕੜਦੇ ਆ ਜੋ ਜਾਫੀ ਨੂੰ ਰੇਡਰ ਨੇ ਬਾਹਰ ਵਿੱਚ ਜਕੜਦੇ ਆ ਹੋ ਕੇ ਵੇਖਣ ਲੋਕੀ ਪੱਬਾਂ ਭਾਰ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਲਓ ਸਾਹਮਣੇ ਨੌਜਵਾਨ ਡਰੋਲੀ ਭਾਈ ਪਿੰਡ ਵਾਲਾ ਅਗਲੀ ਰੇਡ ਰੈਂਕੂ ਪਾ ਰਿਹਾ ਖੇਡ ਦੇ ਮੈਦਾਨ ਵਿੱਚ ਤੇ ਪੁਆਇੰਟ ਨੌਜਵਾਨ ਰੇਡਰ ਦੇ ਖਾਤੇ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਬੱਬੂ ਕਹਿੰਦੇ ਪਿਆਰ ਦੇ ਨਾਲ ਡੌਲੇ ਤੇ ਸ਼ਹਿਰ ਦਹਾੜਾ ਮਾਰਦਾ ਨੌਜਵਾਨ ਦੇ ਲਓ ਸਾਹਮਣੇ ਪਹਿਲੀ ਰੇਡ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ ਥੱਲਣੇ ਪੈਂਦੇ ਨੇ ਤੂਫਾਨ ਲਾ ਕੇ ਪੂਰੀ ਜਾਨ ਗਿੱਟਾ ਫੜ ਕੇ ਕੈਂਚੀ ਜੜ ਕੇ ਪੁੱਠੀ ਲਾਉਣੀ ਪੈਂਦੀ ਆ ਦੁਨੀਆਂ ਐਵੇਂ ਨਹੀਂ ਜੇ ਮੰਨਦੀ ਖੇਡ ਦਿਖਾਉਣੀ ਪੈਂਦੀ ਆ ਦੁਨੀਆਂ ਐਵੇਂ ਨਹੀਂ ਜੇ ਮੰਨਦੀ ਖੇਡ ਦਿਖਾਉਣੀ ਪੈਂਦੀ ਆ ਮੁਕਾਬਲਾ ਸਕਦਾ ਤੇ ਪੁਆਇੰਟ ਨੌਜਵਾਨ ਰਿੰਕੂ ਜੱਫਾ ਨਹੀਂ ਲਾ ਸਕਿਆ ਤੇ ਰੇਡਰ ਦੇ ਖਾਤੇ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਅਗਲੀ ਰੇਡ ਖੇਡ ਮੈਦਾਨ ਵਿੱਚ ਲਓ ਸਾਹਮਣੇ ਡਰੋਲੀ ਭਾਈ ਪਿੰਡ ਸਰਤਾ ਮਹਾਂਪੁਰਖਾਂ ਦੀ ਧਰਤੀ ਆ ਫਕਰ ਫਕੀਰਾਂ ਦੀ ਧਰਤੀ ਆ ਕਹਿੰਦੇ ਜਿੱਥੇ ਮਾਘੀ ਦਾ ਮੇਲਾ ਮਸ਼ਹੂਰ ਆ ਡਰੋਲੀ ਭਾਈ ਪਿੰਡ ਦਾ ਕਿ ਮੇਲਾ ਮੁਕਸਰ ਦਾ ਛੜਿਆ ਡਰੋਲੀ ਜਾਣਾ ਦੂਸਰੇ ਪਾਸੇ ਗੱਲ ਕਸੂਤੀ ਹੋ ਗਈ ਆ ਕਲੀ ਵਾਲੇ ਵੀਰ ਨੂੰ ਬੇਨਤੀ ਆ ਕਿ ਕਲੀ ਪਾ ਦੇ ਮੇਰੇ ਵੀਰ ਕਲੀ ਵਾਲੇ ਵੀਰ ਨੂੰ ਬੇਨਤੀ ਆ ਕਿ ਬਾਉਂਡਰੀ ਲੈਂਦੇ ਲਾ ਕੇ ਕਲੀ ਪਾ ਦੇ ਮੇਰੇ ਵੀਰ ਲਓ ਸਾਹਮਣੇ ਉਧਰ ਕਹਿੰਦੇ ਡਗਰੂ ਪਿੰਡ ਦਾ ਭੋਲਾ ਲੱਖਾ ਜਿਹਾ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ ਪਿੰਡਾ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਵਿੱਚ ਦੂਸਰੇ ਪਾਸੇ ਚਾਰ ਜਾਫੀ ਆ ਕਿ ਪਰਖ ਪਰਖ ਕੇ ਜਵਾਰੀ ਪਾਉਂਦਾ ਹੀਰੇ ਦਾ ਮੁੱਲ ਵੀ ਕੰਡਿਆਂ ਦੀ ਮਾਰ ਸਹਿ ਕੇ ਮਿਲਦਾ ਹੈ ਫੁੱਲ ਵੀ ਤੇ ਮੁੱਲ ਪੈਂਦੇ ਅਕਲਾਂ ਦੇ ਰੰਗ ਦੇਖਿਆ ਨਹੀਂ ਜਾਂਦਾ ਗੋਰਾ ਕਾਲਾ ਤੇ ਨਾ ਜਾ
ਜੱਗ ਤੇ ਬਣਾਉਣਾ ਨਹੀਂ ਸਿਖਾਲਾ ਤੇ ਪੁਆਇੰਟ ਨੌਜਵਾਨ ਸਟਾਪਰ ਦੇ ਖਾਤੇ ਜੁੜਦਾ ਹੋਇਆ ਨੌਜਵਾਨ ਨੇ ਬਾਉਂਡਰੀ ਕ੍ਰਾਸ ਕਰਤੀ ਆ ਚੱਲ ਆ ਨੌਜਵਾਨਾ ਦੁੱਲਾ ਤੁਹਾਡੀ ਪਾਰ ਆ ਖੇਡ ਮੈਦਾਨ ਵਿੱਚ ਕਿ ਨਾ ਬਿਆੰਤ ਸਿੰਘ ਨਿਦਾਵਲ ਪਿੰਡ ਖੇਡ ਖੇਡੇ ਪਿਆਰ ਦੀ ਬਹੁਤੀ ਕਰਦਾ ਨੇ ਹਿੰਡ ਦੁੱਲਾ ਤੁਹਾਡੀ ਪਾਰ ਆ ਦਾਰਾ ਮਾਨ ਕਰਦਾ ਨਿਦਾਵਲੇ ਪਿੰਡ ਵਾਲਾ ਜੋਦੇ ਵੀਰ ਕਾਲੀ ਪਾ ਦੇ ਮੇਰੇ ਵੀਰ ਤੇਰਾ ਵੀ ਧੰਨਵਾਦ ਲਓ ਸਾਹਮਣੇ ਖੇਡ ਮੈਦਾਨ ਵਿੱਚ ਦੁਨੀਆ ਦਾ ਮਹਾਨ ਜਾਫੀ ਆ ਨਿਰਪੈ ਸਿੰਘ ਪੂਰੀ ਕੋਸ਼ਿਸ਼ ਕਰਦਾ ਹੋਇਆ ਜੱਫਾ ਲਾਉਣ ਦੀ ਤੇ ਘੜੀ ਦੀਆਂ ਸੂਈਆਂ ਟਿਕ 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 ਕਰਦੀਆਂ ਹੋਈਆਂ ਕਰਮੀ ਗਿੱਲ ਨੇ ਫੈਸਲਾ ਕਰਨਾ ਤੇ ਇਕਬਾਲ ਮੱਧੂ ਕੇ ਪਿੰਡ ਵਾਲੇ ਨੇ ਕਿ ਪੁਆਇੰਟ ਸਟਾਪਰ ਦੇ ਖਾਤੇ ਜੁੜਦਾ ਹੋਇਆ ਇਕਬਾਲ ਮੱਧੂ ਕੇ ਪਿੰਡ ਵਾਲਾ ਹਰਮਿੰਦਰ ਸਿੰਘ ਜੀ ਬੱਬੀ ਮੱਧੂ ਕੇ ਪਿੰਡ ਦੇ ਐਡਮਿੰਟਰ ਵਿੱਚ ਕਹਿੰਦੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਅਮਰਜੀਤ ਸਿੰਘ ਜੀ ਪੰਜਾਬੀ ਮਾਂ ਬੋਲਣ ਤੇ ਖੁਸ਼ ਹੋ ਕੇ 100 ਰੁਪਏ ਦਾ ਵੱਡਾ ਮਾਣ ਭੇਜਦੇ ਆ ਤੱਲੇ ਕੇ ਪਿੰਡ ਵਾਲੇ ਨੇ ਵੱਡਾ ਮਾਣ ਸਨਮਾਨ ਕੀਤਾ ਦਾਸ ਦਾ ਬਹੁਤ ਬਹੁਤ ਧੰਨਵਾਦ ਮਾਸਟਰ ਅਮਰਜੀਤ ਸਿੰਘ ਜੀ ਬਹੁਤ ਸਾਰਾ ਪਿਆਰ ਤੇ ਮਾਣ ਭੇਜਦੇ ਆ ਇਸੇ ਨਗਰ ਵਿੱਚ ਸਵਾਵਾਂ ਦੇ ਰਹੇ ਆ ਸਕੂਲ ਦੇ ਵਿੱਚ ਬਹੁਤ ਬਹੁਤ ਧੰਨਵਾਦ ਮਾਸਟਰ ਜੀ ਚੱਲ ਵੀ ਨੌਜਵਾਨਾਂ ਪਾ ਅਗਲੀ ਰੇਡ ਖੇਡ ਮੈਦਾਨ ਵਿੱਚ ਗਗਨ ਨੌਜਵਾਨਾਂ ਫੋਟੋ ਖਿੱਚਣੀ ਇਹਨਾਂ ਨੌਜਵਾਨਾਂ ਦੀ ਲਓ ਸਾਹਮਣੇ ਖੇਡ ਮੈਦਾਨ ਵਿੱਚ ਮੁਕਾਬਲਾ ਸਕਦਾ ਇੱਕ ਪਾਸੇ ਟਰੋਲੀ ਭਾਈ ਵਾਲਾ ਦੂਸਰੇ ਪਾਸੇ ਰਾਜੂ ਮਾਰੇ ਤਾੜੀਆਂ ਖੇਡ ਮੈਦਾਨ ਵਿੱਚ ਲੱਗਾ ਹੋਇਆ ਜੋਰ ਕਬੱਡੀ ਦਾ ਚਰਖਾ ਚੱਲਦਾ ਬੱਲੇ ਸ਼ਾਵਾ ਸਰ ਕੇ ਜਾਵਾਂ ਨੌਜਵਾਨਾਂ ਬੱਲੇ ਬੱਲੇ ਕਰਵਾਈ ਆ ਖੇਡ ਮੈਦਾਨ ਵਿੱਚ ਪਿੰਡਾ ਸਿਆ ਪਾ ਅਗਲੀ ਰੇਡ ਖੇਡ ਮੈਦਾਨ ਵਿੱਚ ਲਓ ਸਾਹਮਣੇ ਪਿੰਡਾ ਕਬੱਡੀ ਪਾ ਰਿਹਾ ਤੇ ਪਿੰਡਾ ਪਰਵਾਦ ਦਾ ਪੰਮਾ ਥਾਂਦੇ ਵਾਦ ਦਾ ਪਾਉਂਦੇ ਨੇ ਕਬੱਡੀ ਰੂਪ ਧਾਰ ਕੇ ਵਿਚਾਲ ਦਾ ਲਓ ਚਾਰ ਜਾਫੀਆ ਇੱਕ ਪਾਸੇ ਕਹਿੰਦੇ ਨੌਜਵਾਨ ਰਹਿਪਾ ਕੈਨੇਡਾ ਲਗਾਤਾਰ 2 ਸਾਲ ਖੇਡਿਆ ਨਾਲ ਕਹਿੰਦੇ ਰੈਂਕੂਆ ਨਾਲ ਲੱਖੀ ਕਹਿੰਦੇ ਡੋਲੀ ਭਾਈ ਪਿੰਡ ਵਾਲਾ ਲਓ ਗੱਲ ਸਮੇਂ ਦੀ ਆ ਕਬੱਡੀ ਸਮੇਂ ਦੀ ਮਤਾਜਾ ਲੱਗਾ ਹੋਇਆ ਜੋਰ ਗਿੱਲਾ ਸਾਹਿਬ ਤੱਕ ਨਜ਼ਾਰਾ ਵਾਹ ਪੁਆਇੰਟ ਧਾਵੀ ਤੇ ਹਿੱਸੇ ਜੁੜਦਾ ਹੋਇਆ ਮੈਂ ਕਬੂਟੂ ਸਟੇਜ ਬਾਈ ਜੀ ਫਾਈਨਲ ਟੀਮਾਂ ਦੋਵੇਂ ਆ ਜਾਣ ਫਾਈਨਲ ਸੱਦਾ ਸਿੰਘ ਵਾਲਾ ਤੇ ਸਰਾਵਾਂ ਸੱਦਾ ਸਿੰਘ ਵਾਲਾ ਵਰਸਿਸ ਸਰਾਵਾਂ ਦੋਵੇਂ ਟੀਮਾਂ ਫਾਈਨਲ ਮੈਚ ਲਈ ਖੇਡ ਮੈਦਾਨ ਚ ਬੁੱਝਣ ਮੈਂ ਬੇਨਤੀ ਕਰਾਂ ਦੋਵੇਂ ਟੀਮਾਂ ਨੂੰ ਇੱਕ ਟੀਮ ਬੁੱਝਰੀ ਸੱਦਾ ਸਿੰਘ ਵਾਲਾ ਬਹੁਤ ਬਹੁਤ ਧੰਨਵਾਦ ਸਮੇਂ ਸਿਰ ਪੁੱਜੇ ਮੇਰੇ ਵੀਰ ਸੇਖ ਵਰਗੇ ਤੋਂ ਸਰਾਵਾਂ ਪੁੱਜ ਜੀ ਖੇਡ ਮੈਦਾਨ ਵਿੱਚ ਸਰਾਵਾਂ ਦੀ ਟੀਮ ਨੂੰ ਮੈਂ ਕਾਲ ਕਰਾਂ ਸਰਾਵਾਂ ਖੇਡ ਮੈਦਾਨ ਚ ਪੁੱਜੇ ਲੈ ਵੀ ਬੰਬੂ ਸਿਆ ਪਾ ਕਬੱਡੀ ਖੇਡ ਮੈਦਾਨ ਵਿੱਚ ਵੱਖਰੇ ਵੱਖਰੇ ਸ਼ੌਂਕ ਪਾਲੇ ਨੌਜਵਾਨ ਨੇ ਕਿਸੇ ਨੇ ਟੈਡੂ ਖਿਦਵਾਇਆ ਕਿਸੇ ਨੇ ਬੋਨੀ ਕੱਟ ਖਿਦਵਾਇਆ ਲਓ ਸਾਹਮਣੇ ਨੌਜਵਾਨ ਹਲਕੇ ਹਲਕੇ ਕਰਮ ਧਰਦਾ ਹੋਇਆ ਵਾਧਾ ਹੋਇਆ ਖੇਡ ਮੈਦਾਨ ਵਿੱਚ ਕਿ ਗੱਡੀਆਂ ਵਾਲੇ ਨੇ ਗੱਡੀਆਂ ਰੋਕ ਲਈਆਂ ਗੱਡਿਆਂ ਵਾਲੇ ਨੇ ਗੱਡੇ ਜਦ ਮੈਂ ਕੁੜ ਕੋ ਪਹੁੰਚੀ ਜਗਰਾਉਂ ਦੇ ਅੱਡੇ ਤੇ ਪੁਆਇੰਟ ਨੌਜਵਾਨ ਧਾਵੀ ਦੇ ਖਾਤੇ ਜੁੜਦਾ ਹੋਇਆ ਚੱਲ ਵੀ ਸ਼ਕੀਨਾ ਪਾ ਅਗਲੀ ਰੇਡ ਲਓ ਅਮਰਦੀਪ ਸਿੰਘ ਅਗਲੀ ਕਬੱਡੀ ਪਾ ਰਿਹਾ ਡਰੋਲੀ ਭਾਈ ਪਿੰਡ ਵਾਲਾ ਮਾਸਟਰ ਗੁਰਮੇਲ ਸਿੰਘ ਦਾ ਪਿੰਡ ਆ ਵੱਡੇ ਮਾਣ ਸਨਮਾਨ ਕਰਦੇ ਇਹਨਾਂ ਖਿਡਾਰੀ ਵੀਰਾਂ ਦੇ ਲਓ ਜਿੱਥੇ ਕਹਿੰਦੇ ਆ ਡਰੋਲੀ ਭਾਈ ਪਿੰਡ ਗਗਨ ਤੇ ਨੀਟੇ ਹੁਣ ਦਾ ਆਪਾਂ ਧੰਨਵਾਦ ਕਰਾਂਗੇ ਨਾਲ ਗੈਂਸਾ ਤੇ ਪੱਪੂ ਹਾਂ ਕੰਗ ਕਰਮ ਸਿੰਘ ਲੈਫਟ ਫੜ ਕੇ ਲੈ ਜੀ ਕਰਮ ਸਿੰਘ ਸੁਰਾਵਾਂ ਦੇ ਆਪਣਾ ਸੱਦਾ ਸਿੰਘ ਸੁਰਾਵਾਂ ਦੀ 100 ਪੋਣੀਆਂ ਸ਼ੁਰੂ ਹੋਣ ਤੋਂ ਮੈਚ ਪਹਿਲਾਂ ਮੱਕਣ ਸਿੰਘ ਦੋ ਖਿਡਾਰੀਆਂ ਦੀ 100 ਪਵਾ ਇੱਧਰ ਦੋਵਾਂ ਟੀਮਾਂ ਨੂੰ ਸੌ ਖਵਾਈ ਜਾਵੇਗੀ ਪ੍ਰਬੰਧ ਕਮੇਟੀ ਦਾ ਵੱਡਾ ਧੰਨਵਾਦ ਵੱਡੇ ਫੈਸਲੇ ਆ ਲੈ ਲਓ ਤੇ ਇੱਕ ਭੋਲਾ ਪੱਕੀ ਸੌ ਖਵਾਇਆ ਕਰੋ ਇਹਨਾਂ ਦੀ ਫਾਈਨਲ ਜਿੰਨੇ ਮੈਚ ਹੋਣੇ ਪੱਕੀਆਂ ਲਓ ਖੇਡ ਮੈਦਾਨ ਵਿੱਚ ਸੁਰਾਮਾ ਤੇ ਸਾਦਾ ਸਿੰਘ ਵਾਲੇ ਦਾ ਫਾਈਨਲ ਮੈਚ ਹੋਵੇਗਾ ਲਓ ਵੀ ਕਰਮ ਗਿੱਲ ਸਾਹਿਬ ਆਪਾਂ ਅਗਲੀਆਂ ਟੀਮਾਂ ਦੀ ਲਿਸਟ ਸਾਂਝੀ ਕਰਕੇ ਦਰਸ਼ਕ ਵੀਰਾਂ ਨਾਲ ਰੌਂਦਾ ਤੇ ਘੱਲ ਕਲਾ ਰੋਡੇ ਦਾਸ ਕਲੱਬ ਨਿਧਾ ਵਾਲਾ ਤੇ ਬਾਬਾ ਬਿਧੀ ਚੰਦ ਕਲੱਬ ਸੂਰ ਸਿੰਘ ਵਾਲਾ ਭਲੂਰ ਤੇ ਲੋਪੋ ਔਗੜ ਤੇ ਪੁਰਾਣੇ ਵਾਲਾ ਪਿੰਡ ਇਹ ਟੀਮਾਂ ਰੈਡੀ ਰਹਿਣ ਅਗਲੇ ਮੈਚਾਂ ਲਈ ਰੌਂਤਾ ਤੇ ਘੱਲ ਕਲਾ ਰੋਡੇ ਦਾਸ ਕਲੱਬ ਨਿਧਾ ਵਾਲਾ ਆ ਬੰਤ ਨੂੰ ਵੀ ਲੈ ਲਓ ਨਾਲ ਬੰਤ ਚਲਗਾ ਤੇਰੀ ਵੀ ਪਾਉਣੀ ਸੋ ਨਾਲ ਵੀ ਤੂੰ ਬਣਾ ਲਾ ਦੀ ਟੀਮਾਂ ਲਓ ਖੇਡ ਮੈਦਾਨ ਵਿੱਚ ਸਮੇਂ ਸਿਰ ਜਾਣਕਾਰੀ ਦੇ ਸਾਰੇ ਸਤਿਕਾਰਯੋਗ ਵੀਰ ਗੁਰਪ੍ਰੀਤ ਗੋਰਾ ਜੀ ਤੇ ਨਾਲ ਸਾਡਾ ਵੀਰ ਗੇਲਾ ਸਮੇਂ ਸਿਰ ਜਾਣਕਾਰੀ ਦੇ ਵੀਰ ਇਹਨਾਂ ਖੇਡ ਮੈਦਾਨਾਂ ਨਾਲ ਜੋੜਦੇ ਹੋ ਲਓ ਸਾਹਮਣੇ ਪਿੰਡਾ ਅਗਲੀ ਰੇਡ ਪਾਉਂਦਾ ਹੋਇਆ ਦੂਸਰੇ ਪਾਸੇ ਕਹਿੰਦੇ ਲੱਖੀ ਨੌਜਵਾਨ ਨੇ ਕੱਲ੍ਹ ਤੋਂ ਲੈ ਕੇ ਬੱਲੇ ਬੱਲੇ ਕਰਵਾਈ ਆ ਇਹਨਾਂ ਖੇਡ ਮੈਦਾਨਾਂ ਵਿੱਚ ਦੂਸਰੇ ਪਾਸੇ ਕੌਣ ਆ ਦੁਨੀਆਂ ਦਾ ਮਹਾਨ ਜਾਫੀ ਆ ਡਰੋਲੀ ਭਾਈ ਪਿੰਡ ਵਾਲਾ ਪਰ ਜੱਫਾ ਨਹੀਂ ਲਾ ਸਕਿਆ ਤੇ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਹੋਇਆ ਮੱਕਰ ਸਿੰਘ ਜੀ ਸਰੀਨ ਮੀਤ ਪ੍ਰਧਾਨ ਨੇ ਇਸ ਕਲੱਬ ਦੇ ਉਹਨਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ ਨਾਲ ਸਾਡੇ ਹਰਦਿਆਲ ਸਿੰਘ ਜੀ ਤੇ ਰੋਸ਼ਨ ਵੀਰ ਜਿੰਦਗੀ ਦੇ ਪਰ ਮਿੱਤਰ ਨੇ ਸਾਰੇ ਸਤਿਕਾਰਯੋਗ ਨੇ ਸੰਤੋਖ ਸਿੰਘ ਗਿੱਲ ਵਰਗੇ ਵੀਰ ਤੇ ਪੁਆਇੰਟ ਹੁਣ ਸਮੇਂ ਦੀ ਗੱਲ ਆ ਨੌਜਵਾਨਾਂ ਦੇ ਹਿੱਸੇ ਜੁੜਦਾ ਹੋਇਆ
हेलो गिल वीर अगला मैच फाइनल जी सुरामा सदा सिंह वाला हां हां सुरामा दे सदा सिंह वाला ए भाई मेरे हिसाब ना वीर जी डगरू दे आ कनी भोला ठेकेदार कहंदा रेड़ी ते आ जे ते 100 रुपया टूर्नामेंट कमेटी नु दान फड दे के गया भाई जी बहुत धन्यवाद ठीक है जी लो जी मैच समाप्त चलते मैच विचों डगरू पिंड जेतू नोट करो वीर धर्मे वीर ने इशारा करता कि मैच समाप्त हां जी गेले वीर डगरू जेतू हेलो आ भाई जी कोई भोला मैस्तरी है डगरू दा ओनू ओदा साथी आ बैग वाला स्टेज दे सज्जे हाथ डीकदा भोले मैस्तरी नु ओ आण के ओनू मिल लवे बेचारा नींबू भी कट के नाल ही लई फिरदा भोला मैस्तरी आके मिल ले ओनू रौंता ते कलकला बोसी च बैठ गया रौंता ते कलकला दोवे टीमा जो कबड्डी ओपन दे मैच आ ते दोवे टीमा 63 किलो दियां सुरामा सता सिंह वाला सेटलमेंट ते आउन सुरामा ते सता सिंह वाला भाई इन्हां नाल 15:30-16 दा टाइम कर दियो प्रधान साहबां दे करम सिंह तू भाई इथों वेख ली गिल वीर जो 75 किलो दा मैच आ ओ भी अनाउंस करो आपां ओ भी टीमा दा मैच समाप्त करियो 75 किलो भाई जी लवप्रीत नौजवान पूजा माजी तो डंड मारे गए भी जरूर मान सम्मान करना लवप्रीत बद्दोवाल ते घोलिया गला 75 किलो भाई बद्दोवाल ते घोलिया गला ए टीमा भी भाई जी 57 मिंटा दे विच इक मैच होण लगा एक मगरों मैच इन्हां दा दोवे टीमा मीरवीर सेंटरलैंड ते आओ यार गुरसेव सिया काफी समय हो गया दोवे टीमा सिट लाउण मेरी बेनती है दोवे टीमा सिट लाउण ते मूव स्प्रे पूजी करो वीर खेड मैदान विच गेंदे वीर स्प्रे पूजी करो भाई सेमी स्प्रे बजादी वीर हैगी दा पानी भाई जी रेड वाले वेलो कल कहदे ही सज्जे वाले ना मैच कटो आज थोड़ा कटदा ते लो जो तगड़े आवदा कल तुसीं कहदे सज्जे वाले ना साडा मैच कटना चाहिदा अज कटदा थावां वालेया दा पूरा कायम हो जण भाई जी रेफरी भाई करम सिंह गिल नूं इत्थों कह दिया करो ये पानी इन्हें ही मंगाउणा जदों मंगाउणा थोड़ी ड्यूटी इहदी है नाल दोवें टीमां रेडी रहण 75 किलो दा जो फाइनल मैच दोवें टीमां जो अनाउंस कीतियां सी खेड मैदान ते लागे आउण 75 किलो दा फाइनल मैच इधर कहिंदे दर्शक वीर 63 किलो दा फाइनल मैच खेडिया जा रहा खेड मैदान विच जिवें आपां पहलां दुध नूं जाग लाउणे आ फिर किते दही बणदा ते दही नूं रिड़की दा फिर किते घिओ निकलदा इह घिओ आ दोवें टीमां दा बहुत ही शानदार मैच खेड मैदान विच असीं अपने इलाके तों आए होए पंज सरपंच ते होर मोहदवार सारे सज्जणां नूं आपदे पिंड दे पंचायत वल्लों अते टूर्नामेंट कमेटी वल्लों जी आया आखदे आ अते बेनती करते हैं कि जो रिश्तेदार जां होर मित्र साडे आंढ गुआंढ पिंडां तों आए आ वो भाई जी स्टेज दे उत्ते कुर्सियां लगियां होईयां जां तां इत्थे आ जाण जां सामने स्टेडियम दीआं पौड़ियां जिहड़ियां छावें आ उत्थे आ जाण उहनां वास्ते साडा स्पैशल प्रबंध कीता होया मैं आपदे वल्लों जी आया कहिंदा कुलदीप सिंह जी मास्टर मोगे तों सरबजीत सिंह जी तलवंडी मंगेखा तों 500 रुपए दा नगद योगदान टूर्नामेंट कमेटी नूं इन्हां सज्जणां वल्लों दित्ता जांदा है बहुत बहुत जी आया इन्हां भरावां नूं जिन्हें कदम रखे साडे सिर मत्थे ते 500 रुपए दा कमेटी नूं योगदान कुलदीप सिंह जी मास्टर अते सरबजीत सिंह जी तलवंडी मंगेखा अते होर भी जिहड़े सज्जण भाई जी आंढ गुआंढ पिंडां तों पंच सरपंच सरदार बेअंत सिंह होणी जिन्हें भी आए है सज्जण सारे ओह कुर्सियां दे उत्ते बैठण साडा कुर्सियां दा प्रबंध कीता होया है बहुत बहुत धन्नवाद जी आया नूं हैलो मनदीप सिंह अगला मैच है जिहड़े क्लब दे ओह भी बोलदी बोली जाना वीर मैं पहला अनाउंस करते रौंता ते कल कला एक टेंट वाले नूं बेनती है वी कुर्सी ते एक एक जाना बैठे दो ते अंदर जाने ना बैठना कमेटी नूं पैसे पै जाने या कुर्सी टुट गई दा धर्मे वीर सेंटर नोट कर पिंड दी मेजबान टीम सदा सिंह वाला दर्शक वीर नोट कर सेंटर उल्ट होगा जी सुरामा दी टीम मेन रोड वाली साइड ते सदा सिंह वाला पिंड इधर पिंड वाली साइड आ लो मुकाबला शुरू होने जा रहा है सदा भाई जी टीम सदा सिंह वाला जिहड़ा मैच हो रहा बहुत ध्यान नाल मैच देखण वाला मैं कमेंटर वीरां नूं बेनती करूंगा कि बहुत साफ आवाज दे नाल अते सारे खिलाड़ियों दे नाम पुछ के बकायदा इनाम अनाउंस किए जाण उहनां दे नाम लेके सरदार गुरवचन सिंह जी जो साडे पिंड दे आरतीआ साहब है उन्हां दा पोता जो इस टीम दे विच खेड रहा है
जिन्हें भी पैंट लगेगा हर पैंट के उत्ते 100 रुपया सरदार गुरबचन सिंह जी आरती वालों उन्होंने पोते नाम दिता जाऊगा और होर भी जिहड़े सज्जन इन्होंने खिलाड़ियों नाम देना चाहते हैं वह मेरे को आके भाई जी खिलाड़ियों के नाम दस सकते हैं अपना नाम बोल सकते हैं साढ़े 15-16 हेलो लो जी मुकाबला शुरू होने जा रहा पहली रेड मारो ताड़ियां जसा सुरावा पिंड वाला पहली कौड़ी पाता होया खेड मैदान उच्चा लंबा गबरू उच्ची लंबी हेक आफड़ भाबो पूड़ियां मैं मुंडा लड़ते वेख जसा कबाड़ी पारा खेड मैदान सुखबीर का पिंड दूसरे पासे एक पासे राजवीर नाल गगू नौजवान लो सामने खेड मैदान नौजवान वाह नौजवान सदा सिंह वालगा नौजवान ताके ढेरिया तो कूच करता होया पॉइंट स्टापर के खाते जुड़ फैसला किंतु परंतु नहीं करनी मरवीर अज भी कल भी रैफरी का फैसला टल होया किसी का पक्ष नहीं करना महान जाफी नौजवान किरने वालों गगू नूं 100 रुपये नाम जगतार सिंह किरने वालों 100 रुपये का नाम है जी उधर बाजा नौजवान तुन के जफा मारता होया ते अगली रेड जसा पाता होया लो सता सिंह वाले पिंड दे तीन जाफी ने एक ने कहते राजवीर ने मल्ली आ ते नाल गगू लो सामने कौन जफा ला देगा गल समझ होगी चलता होया मैच खेड दे मैदान विच लो फाइनल मैच आ मारो ताड़ियां मूहरे होके नौजवान पर पॉइंट स्टापर दे खाते जुड़ता होया गिद्दी नौजवान तैयारी फड़ वड्डा मान होवेगा गिद्दी सा तू भी जफा लाना लाओ गुरसेव सिंह लाओ सामने कहते गलोटी ने कबड्डी कप उत्तम धा भी माछीपुरी ने कबड्डी कप बल्ले बल्ले करवाई नौजवान ने गुरसेव सदा सिंह वालगा कबड्डी पाता होया खेड मैदान दूसरे पास कहते बादशाह नौजवान जफा नहीं ला सकया सुरावा पिंड संता महापुरखों की धरती आ फकर फकीर की धरती से पॉइंट रेडर के खाते जुड़ता होया चल भी नौजवान खिलाड़ी भी ध्यान कर तीजी रेड मैस है भाई जी तीजी दो ही पा सकता दो जगतार सिंह वालों गगू नूं 100 रुपये का नाम भाई जी मेरे को आके ले ले दोनों प्या मेरे वीर पानी क्योंकि दोनों टीम का बहुत जोर लगा पानी प्या मेरे वीर नौजवान कमेंटर साहब तेरी थोड़ी जी समझ घट आ ज्यादा मैक थोड़ा दूर रख जा गड़क के बोल स्टेज तो भी बंदे ने आख्या मेरी आवाज देख के समझ आती है सुच थोड़ा जहा मैक ज्यादा दूर रख जो आप कट्ठे बोलते फिर समझ नहीं आती उदों जो आप कट्ठे बोलते ना फिर समझ नहीं आती लाओ सामने नौजवान बाजा कबड्डी पा रहा खेड मैदान पॉइंट सुरावा की टीम के खाते जुड़ता होया चल भी नौजवान पा अगली रेड खेड मैदान लो कृष्ण कबड्डी पा रहा खेड मैदान कृष्ण का बोला हुआ धावा दूसरे पासे तीन जाफी सुरावा पिंड दे लो कौन डकेगा कृष्ण पूरे धर्म के नाल लगातार कबड्डियां पाने वाला दुनिया का महान धावी बनेगा लो गल समय दी आते पॉइंट कृष्ण सिंह सदा सिंह आ जिहड़ा रेडर रेड कट के राम सिंह के मुंडे नूं गुरबचन सिंह आरतीए वालों 100 रुपया लखवीर सिंह आरतीए वालों 100 रुपया गुरदेव सिंह गिल बाबे का उहदे वालों भी 100 रुपया इस रेडर नूं भाई जी पैसों का मीह भरा देंगे थोड़े तो इमानदारी नाल शानदार मैच दिखाओ वाह नौजवान मारो ताड़ियां खेड मैदान राजविंदर नौजवान कहते टॉप का जाफी है उधर मेरा वीर कहते गुरु नानक के स्टेडियम में कनेडा अमरीका कप देखे नौजवान गुरदेव सिंह के मुंडे नूं गुरदेव सिंह गिल बाबे के वालों 100 रुपया इनाम दा जी उधर कहते गुरदेव सिंह जी बाबे के 100 रुपये का वड्डा माण पूजा करते हैं कि नोट तो महंगी चीज कुड़े जिंद जान तेरे दोबारा गे जिंद जान तेरे दोबारा गे लो गुरसेव सिंह सदे अलगा नौजवान पा कबड्डी हंधे नूं सेवक सिंह रेडर नूं भी गुरदेव सिंह गिल बाबे के वालों सेवक सिंह रेडर नूं भी 100 रुपया इनाम जी सदा सिंह वाले नूं
बहुत सारा प्यार ते मान दिंदे पिंड दी टीम नूं इहो जी गल होनी चाहीदी है पंजाब दे खेड मेले विच तक नौजवान कबड्डी गगन सिंह फोटो खिचनी नौजवान दी जदों जफ्फा लगेगा पिच पाउणगे टिकाणे जट लाउणगे पता लग जू किन्ना कडूंगा पानी आ कुंडियां दे सिंघ फस गए अज गिद्धरू वड़िया ने खाड़ी कुंडियां दे सिंघ फस गए आ जे मैच चंगा लगदा ताड़ा मार दे वीर कोई जोरदार दोवें टीमां लई ताड़ा मार दो खेड दी मैदान विच चल नौजवाना कबड्डी खेडदे ना उच्चा हो जे सारे खानदान दा ना उच्चा हो जे सारे खानदान दा कैमरे फोकस ने ते गल समें दी है नौजवाना के हाथ तेरे नहीं आना मैं उड़ जू कबूतर बन के हाथ तेरे नहीं होना नौजवान दी मेहनत बहुत आ कि कीने मारे डांडे कीने मारेगा बैठका ते गल समय नहीं होवेगी भाई जी बूटा प्रधान जो के अपने टूरनामेंट कमेटी दा ओदे वल्लों 100 रुपया सेवक दे लई धन्नवाद करदी टूरनामेंट कमेटी बूटा सिंह दा बूटा सिंह जी प्रधान साहब वड्डा मान पूजा करदे आ गुरसेख सदे सिंह वाल के लई लो जसा कबड्डी पा रिया खेड दी मैदान विच के घर दा जोगी सिद्ध नहीं हुंदा बाहरला सिद्ध कहाउंदा ए काम जाबियां वेख जमाना ਕਿੱਥੋਂ ਸੁੱਖ ਮਨਾਉਂਦਾ ਏ ਲੰਘੇ ਆਣੀਆਂ ਜੋਧਿਆ ਚੋਭਾ ਲਾਉਂਦੇ ਥੱਕਦੇ ਨੀ ਜਦ ਗੁੱਡੀ ਚੜ ਜੇ ਅੰਬਰੀ ਫਿਰ ਇਹੀ ਲੋਕ ਸਲਾਉਂਦੇ ਥੱਕਦੇ ਨੀ ਪਾ ਨਜਵਨਾ ਕਬੱਡੀ ਖੇਡ ਮੈਦਾਨ ਵਿੱਚ ਕ੍ਰਿਸ਼ਨ ਕਬੱਡੀ ਪਾਵੇਗਾ ਖੇਡ ਦੇ ਮੈਦਾਨ ਵਿੱਚ ਚੱਲ ਨਜਵਨਾ ਪਾ ਰੇਡ ਲਾਓ ਸਾਹਮਣੇ ਕ੍ਰਿਸ਼ਨ ਕਬੱਡੀ ਪਾਉਂਦਾ ਹੋਇਆ ਕਿ ਆਉਂਦਾ ਏ ਸਵਾਦ ਪੰਜਾਬੀਆਂ ਦੀ ਕੌਡੀ ਵੇਖ ਕੇ ਜਦ ਕੋਈ ਧਾਵੀ ਰੇਡ ਪਾਉਂਦਾ ਮੱਥਾ ਟੇਕ ਕੇ ਲੱਗ ਜਾਵੇ ਜੱਫਾ ਪੰਜਾਬੀ ਪੈਂਦੇ ਨੱਚ ਮਿੱਤਰੋ ਕੌਡੀ ਖੇਡੇ ਪੰਜਾਬੀਆਂ ਦੀ ਮਾਂ ਇਹ ਗੱਲ 16 ਨੇ ਸੱਚ ਮਿੱਤਰੋ ਵਾਕੇ 16 ਨੇ ਗੱਲ ਸੱਚ ਕਰੂਗਾ ਨੌਜਵਾਨ ਖੇਡ ਮੈਦਾਨ ਵਿੱਚ ਦੂਸਰੇ ਪਾਸੇ ਇੱਕ ਪਾਸੇ ਬਾਜਾ ਨੌਜਵਾਨ ਕਦੇ ਜੱਫੇ ਲਾਉਂਦਾ ਕਦੇ ਕੌਡੀਆਂ ਪਾਉਂਦਾ ਜਿੱਥੇ ਜਾਂਦਾ ਬੱਲੇ ਬੱਲੇ ਕਰਵਾਉਂਦਾ ਦੂਸਰੇ ਪਾਸੇ ਕਿਸ਼ਨ ਇੱਕ ਪਾਸੇ ਬਾਜਾ ਨੌਜਵਾਨ ਜੱਫਾ ਨਹੀਂ ਪਾ ਸਕਦਾ ਬਹੁਤ ਸ਼ਾਨਦਾਰ ਕਬੱਡੀ ਰਾਮ ਸਿੰਘ ਦੇ ਮੁੰਡੇ ਵੱਲੋਂ ਲਖਵੀਰ ਸਿੰਘ ਆੜਤੀਏ ਵੱਲੋਂ ਫਿਰ 100 ਰੁਪਿਆ ਨਾਮ ਦਾ ਜੀ ਇਸ ਰੇਡਰ ਨੂੰ ਰਾਮ ਸਿੰਘ ਦਾ ਮੁੰਡਾ ਬਹੁਤ ਸ਼ਾਨਦਾਰ ਮੈਚ ਦਿਖਾ ਰਿਹਾ ਗੁਰਵਚਨ ਸਿੰਘ ਆੜਤੀਏ ਵੱਲੋਂ ਵੀ ਇਸ ਰੇਡਰ ਨੂੰ 100 ਰੁਪਿਆ ਪਤਲੇ ਸਰੀਰ ਦਾ ਛੱਡਵੇਂ ਜੇ ਸਰੀਰ ਦਾ ਰੇਡਰ ਸਾਰੇ ਪਿੰਡ ਦੀ ਸ਼ਾਨ ਬਣਾਈ ਫਿਰਦਾ ਮੁੰਡਾ ਬਹੁਤ ਬਹੁਤ ਵਧੀਆ ਖਿਡਾਰੀ ਬਹੁਤ ਧੰਨਵਾਦ ਇਸ ਪਰਿਵਾਰ ਦਾ ਸ਼ਾਬਾਸ਼ ਜੀ ਵਾਹ ਗੁਰਦੇਵ ਸਿੰਘ ਬੱਲੇ ਬੱਲੇ ਹੋ ਗਈ ਖੇਡ ਮੈਦਾਨ ਵਿੱਚ ਕਿ ਤਾੜੀਆਂ ਵੱਜੀਆਂ ਤੇ ਪਤਾ ਲੱਗ ਜਾਂਦਾ ਜਦੋਂ ਜਾਫੀ ਰੇਡਰ ਦੇ ਪੱਛੇ ਵਿੱਚ ਵੜ ਜਾਂਦਾ 75 ਕਿਲੋ ਵਰਗ ਦੀਆਂ ਟੀਮਾਂ ਵੀ ਬਾਈ ਜੀ ਖੇਡ ਮੈਦਾਨ ਅੰਦਰ ਆਉਣਾ 75 ਕਿਲੋ ਵਰਗ ਫਾਈਨਲ ਮੈਚ ਦੋਵੇਂ ਟੀਮਾਂ ਨੂੰ ਕਾਲ ਕਰ ਮੇਰੇ ਵੀਰ ਘੋਲੀਆ ਜੀ ਬਾਈ ਜੀ ਨਿਰਮਲ ਸਿੰਘ ਜੋ ਮਸ਼ੀਨਾਂ ਵਾਲੇ ਮਸ਼ਹੂਰ ਹੈ ਨਿਰਮਲ ਸਿੰਘ ਸਾਨਸ ਮਲਕੀਤ ਸਿੰਘ ਉਹਦੇ ਵੱਲੋਂ ਵੀ ਕ੍ਰਿਸ਼ਨ ਨੂੰ ਰਾਮ ਦੇ ਮੁੰਡੇ ਨੂੰ 100 ਰੁਪਿਆ ਇਨਾਮ ਦਾ ਜੀ ਹਲੋ ਲਓ ਮੁਕਾਬਲਾ ਸਖਤਾ ਕਰਾਤੀ ਬੱਲੇ ਬੱਲੇ ਇੱਕ ਲਾ ਤਾਂ ਤੇ ਦੂਜੀ ਥੱਲੇ ਕੌਣ ਹੈ ਨੌਜਵਾਨ ਦੁਨੀਆ ਦਾ ਮਹਾਨ ਜਾਫੀ ਵਾਹ ਬਾਜਾ ਸਿਆ ਬਾਹਰ ਤੜਗਾ ਹਰਰਾ ਸਰ ਕੇ ਜਾਵਾ ਬਹਿ ਜਾ ਬਹੁਤ ਸ਼ਾਨਦਾਰ ਜੱਫਾ ਲਾਇਆ ਵੀ ਰੇਡਰ ਨੇ ਇਹਨਾਂ ਰੇਡਰਾਂ ਦੇ ਵੀ ਸ਼ਾਬਾਸ਼ ਹੈ ਜਿਹੜੇ ਅੱਜ ਖਿਡਾਰੀਆਂ ਨੂੰ ਰੋਕ ਰਹੇ ਆ ਤਕੜੇ ਖਿਡਾਰੀਆਂ ਨੂੰ ਰੋਕਣ ਵਾਸਤੇ ਦੌੜਿਆਂ ਵਿੱਚ ਦੁੱਗਣੀ ਜਾਨ ਦੀ ਲੋੜ ਹੁੰਦੀ ਆ ਇਹ ਰੇਡਰਾਂ ਨੂੰ ਵੀ ਜੀ ਆਇਆ ਬਾਈ ਸਰਦਾਰ ਸਿੰਘ ਵਾਲੇ ਦੇ ਵਿੱਚ ਸੀਰੇ ਡੇਰੀ ਵਾਲੇ ਵੱਲੋਂ 100 ਰੁਪਿਆ ਜਾਫੀ ਦੇ ਲਈ ਆ ਜਿਹਨੇ ਸੇਵਕ ਨੂੰ ਜੱਫਾ ਲਾਇਆ ਸੀਰੇ ਡੇਰੀ ਵਾਲੇ ਵੱਲੋਂ ਜਸੀਰ ਜੀ ਦਾ ਕਹਿੰਦੇ ਸੱਦੇ ਵਰਗਾ 100 ਰੁਪਏ ਦਾ ਵੱਡਾ ਮਾਣ ਪੂਜਾ ਕਰਦਾ ਸਰਦਾਰ ਸ਼ੇਰ ਸਿੰਘ ਗਿੱਲ ਬਾਬੇ ਦਾ ਸਾਬਕਾ ਪੰਚਾਇਤ ਮੈਂਬਰ ਉਹਦੇ ਵੱਲੋਂ ਵੀ ਜਸਵੀਰ ਸਿੰਘ ਗੱਗੂ ਜਗਤਾਰ ਸਿੰਘ ਦੇ ਬੇਟੇ ਜਸਵੀਰ ਸਿੰਘ ਗੱਗੂ ਨੂੰ 100 ਰੁਪਿਆ ਨਾਮ ਹੈ ਜੀ ਨੋਟਾ ਦਾ ਵੀ ਵਰ ਰਿਹਾ ਲਓ ਸਾਹਮਣੇ ਫਾਈਨਲ ਮੈਚ ਹੈ ਦਰਸ਼ਕ ਵੀਰੋ ਖੇਡ ਦੀ ਮੈਦਾਨ ਵਿੱਚ ਪੰਜਾਬ ਲਾਈਵ 1.com ਦੇ ਜਰੀਏ ਇੱਕ ਕਬੱਡੀ ਸੱਤ ਸਮੁੰਦਰ ਪਾਰ ਪ੍ਰਵਾਸੀ ਵੀਰ ਆਨੰਦ ਮਾਣਦੇ ਹੋਏ ਚੱਲ ਨੌਜਵਾਨਾ ਕ੍ਰਿਸ਼ਨ ਸਿੰਘ ਪਾ ਕਬੱਡੀ ਖੇਡ ਮੈਦਾਨ ਵਿੱਚ ਕਿ ਵਿੱਚ ਵਿਦੇਸ਼ਾ ਮਾਣ ਵਧਾਇਆ ਮਾ ਖੇਡ ਕਬੱਡੀ ਦਾ ਕਾਲਗੇ ਵਾਲਾ ਹੱਥਾਂ ਜਾ ਕੇ ਝੰਡਾ ਗੱਡੀ ਦਾ ਲੈ ਨਜ਼ਾਰੇ ਮਨਦੀਪ ਸਿੰਘ ਤੂੰ ਵੀ ਉਡਾਨਾਂ ਦੇ ਵਿੱਚ ਮੈਦਾਨੇ ਪਰਖੇ ਜਾਣੇ ਜੋਰ ਜਵਾਨਾਂ ਦੇ ਜੋਰ ਪਰਖੇ ਜਾਣੇ ਨੇ ਧਰਤੀ ਤੱਕਦਾ ਕਰਦੀ ਆ ਜਿੱਥੇ ਨਜ਼ਲ ਪੈਰ ਧਰਦਾ ਤੇ ਜਿੱਥੇ ਮਹਿਲਾ ਪੈਰ ਧਰਦਾ ਉੱਥੇ ਉੱਗਦਾ ਸਰੂ ਦਾ ਬੂਟਾ ਮੈਂ ਅਗਲਾ ਮੈਂ ਮਹਿਲਾ ਨੂੰ ਕੁੱਲ ਯਾਰ ਦੀ ਸੁਰਗ ਦਾ ਝੂਟਾ ਮੈਂ ਅਗਲਾ ਮੈਂ ਮਹਿਲਾ ਨੂੰ ਬਾਹਰ ਨੌਜਵਾਨ ਬੱਲੇ ਬੱਲੇ ਵੀਰ ਸਿੰਘ ਗਿੱਲ ਆਰਤੀਏ ਵੱਲੋਂ 100 ਰੁਪਿਆ ਕ੍ਰਿਸ਼ਨ ਨੂੰ ਨਾਮ ਸਾਰੀਆਂ ਸੰਗਤਾਂ ਦੇਖ ਰਹੀਆਂ
पतले जे शरीर का छाटवे जे शरीर का मुंडा नाम रखे मापिया ने कृष्ण अज कृष्ण भगवान वांगू इन बहुत सोहना जाफ लाया जसवीर सिंह अगू ने बहुत ही वधिया मैच दिखाया पिंड सद्दा सिंह वाला दी टीम ने सारे ही खिडारी बधाई दे पात्र हो तुसी लो गुरसेव सिंह तैयारी फटता होया अगली रेड पाउण दे लई खेड मैदान विच लो सामने नौजवान सरदार निर्मल सिंह जी गिल मशीना वाले ओदे वल्लों भी जसवीर सिंह गग्गू नूं 100 रुपये दा इनाम है सरदार निर्मल सिंह जी गिल मशीना वाले हेलो भाई जी दर्शक वीरां वल्लों बहुत धुक्कियां कढ़ियां जा रही है 500 रुपया सिमरनजीत सिंह जी भोले वल्लों जसवीर सिंह गग्गू नूं 500 रुपया भोले वल्लों नगद इनाम है जी जिते पा हारे असी छिंदे फूले वाले का बहुत बहुत कमेटी धन्यवाद करती है 500 रुपये दे मान सम्मान बाई जी सरावां दी टीम नूं दिंदा ਸਰਾਵੀ ਉਹਦਾ ਪੁੱਤਰ ਵਿਆਹਿਆ ਹੋਇਆ ਇਸ ਕਰਕੇ ਟੀਮ ਦੇ ਉਹ ਮਾਣ ਸਨਮਾਨ ਕਰਦਾ ਹੈ ਧੰਨਵਾਦ ਕਰਦੇ ਜੀ ਬਾਹ ਕੇ ਨਸਿਆ ਪੱਲੇ ਪੱਲੇ ਆ ਖੇਡ ਮੈਦਾਨ ਵਿੱਚ ਕਹਿੰਦੇ ਪੂਰਾ ਚਾਹ ਚੜਿਆ ਸਦਾ ਸਿੰਘ ਵਾਲਿਆਂ ਨੂੰ ਕ੍ਰਿਸ਼ਨ ਪਾ ਕਬੱਡੀ ਹੰਦੇ ਨਕੂਜ ਕਰਦਾ ਹੋਇਆ ਹੱਥ ਲੈ ਕੇ ਜਾਫੀ ਨੂੰ ਫੜਾਉਂਦਾ ਜੱਬਾ ਤੇ ਵੱਲੋਂ ਤੇ ਪਿੰਡੀ ਫੇਰ ਇਸ ਕ੍ਰਿਸ਼ਨ ਨੂੰ 100 ਰੁਪਏ ਦਾ ਨਾਮ ਕ੍ਰਿਸ਼ਨ ਦਾ ਨਾਮ ਕਮਾਲ ਦੀ ਕਬੱਡੀ ਦਿਖਾਈ ਆ ਬਈ ਇਸ ਮੁੰਡੇ ਨੇ ਪਤਲਾ ਜਿਹਾ ਸਰੀਰ ਹੈ ਛਾਂਟਵੇਂ ਜੇ ਸਰੀਰ ਦਾ ਮੁੰਡਾ उधर बुद्ध सिंह जी इंग्लैंड वाले वह भी तकते ने माखेड़ कबड्डी खेड मैदान इधर जस्सा कबड्डी पा रहा खेड की मैदान लो जाफी चार ने उधर कहते राजविंदर नौजवान मारी जो छलांग लगे जोर पट्टा नाल सरदार गुरदेव सिंह गिल छोटू वालों भी 100 रुपये का नाम है जी कृष्ण नो कमाल की गल है इस मुंडे के शरीर के कुदरत वालों जिहड़ी ताकत भरी गई है पतले जे शरीर का मुंडा सारे ही टूरनामेंट के छाया पै शाबाश श्री कृष्ण सिंह बहुत धन्यवाद लो सरदार जी ਬਲਵਿੰਦਰ ਸਿੰਘ ਦਾ ਲਾਡਲਾ ਪੁੱਤ ਭਾਈ ਜੀ ਜੇ ਸੇਵਕ ਪੈਂਟ ਲੈ ਕੇ ਆਉਂਦਾ ਸੀਰੇ ਡੇਰੀ ਵਾਲੇ ਵੱਲੋਂ 100 ਰੁਪਿਆ ਦਿੱਤਾ ਜਾਊ ਸੇਵਕ ਦੇ ਲਈ ਧੰਨਵਾਦ ਜੀ ਸਰਦਾਰ ਜਸਵੰਤ ਸਿੰਘ ਜੀ ਬਾਬਾ ਬਾਬੇ ਕੇ ਘਰਾਂ ਦੇ ਵਿੱਚ ਉਹ ਸਰਦਾਰ ਜਸਵੰਤ ਸਿੰਘ ਜੀ ਬਾਬਾ ਸਾਬਕਾ ਪੰਚਾਇਤ ਮੈਂਬਰ ਉਹਦੇ ਵੱਲੋਂ ਵੀ 100 ਰੁਪਿਆ ਕ੍ਰਿਸ਼ਨ ਦਾ ਨਾਮ ਹੈ ਜੀ ਜਿਹੜੇ ਆਪਾਂ ਦਰਸ਼ਕ ਵੀਰ ਹੈ ਤੇ ਪਿੰਡ ਦੇ ਸੱਜਣ ਹੈ ਜਿੰਨਾ ਆਪਾਂ ਖਿਡਾਰੀਆਂ ਦਾ ਪੈਸੇ ਦੇ ਕੇ ਮਾਣ ਸਨਮਾਨ ਕਰਾਂਗੇ ਪਿੰਡ ਦੀ ਵੀ ਸ਼ਾਨ ਹੈ ਅਤੇ ਖਿਡਾਰੀਆਂ ਦੇ ਵਿੱਚ ਵੀ ਵੱਧ ਚੜ ਕੇ ਜ਼ੋਰ ਲਾਉਣ ਦਾ ਹੌਸਲਾ ਵੱਧਦਾ ਅਤੇ ਕੋਈ ਵੀ ਟੀਮਾਂ ਮੁੜ ਕੇ ਰਲ ਕੇ ਖੇਡਣ ਦੀ ਹਿੰਮਤ ਨਹੀਂ ਕਰਦੀਆਂ ਇਸ ਕਰਕੇ ਆਪਣਾ ਹੱਕ ਬਣਦਾ ਵੀ ਆਪਾਂ ਵੱਧ ਤੋਂ ਵੱਧ ਖਿਡਾਰੀਆਂ ਦਾ ਮਾਣ ਸਨਮਾਨ ਕਰੀਏ ਬਾਈ ਜੀ 75 ਕਿਲੋ ਵਰਗ ਦੀਆਂ ਟੀਮਾਂ ਵੀ ਕੱਪੜੇ ਉਤਾਰ ਕੇ ਖੇਡ ਮੈਦਾਨ ਦੇ ਅੰਦਰ ਆ ਜਾਣ ਬਾਅਦ ਦੂਜੀ ਟੀਮ ਵੀ ਆ ਗਈ ਦੋਵੇਂ ਆ ਜਾਓ ਬਾਈ ਬੱਦੋਬਾਲ ਟੀਮ ਹੱਥ ਖੜਾ ਕਰੇ ਬੱਦੋਬਾਲ ਜੀ ਬੱਦੋਬਾਲ ਦੀ ਟੀਮ ਨੂੰ ਬੇਨਤੀ ਹੈ ਕਿ ਬੱਦੋਬਾਲ ਖੇਡ ਮੈਦਾਨ ਨਾਲ ਐਵੇਂ ਨਹੀਂ ਮਾਣ ਸਨਮਾਨ ਮਿਲਦੇ ਗੁਰਦੇਵ ਸਿੰਘ ਘਾਲਣਾ ਘਾਲਣੀ ਪੈਂਦੀ ਆ ਮਿਹਨਤ ਲਾਉਣੀ ਪੈਂਦੀ ਲੋਕੀ ਫਿਰ ਸਵਰ ਨਾਮ ਹੀ ਪੁੱਛਦੇ ਆ ਕਿ ਨਹਿਰਾਂ ਦੀਆਂ ਪਟੜੀਆਂ ਤੇ ਭੱਜ ਭੱਜ ਬੜੀ ਮਿਹਨਤ ਲਾਈ ਆ ਫਿਰ ਕਬੱਡੀ ਬੜੀ ਸਖਤ ਕਮਾਈ ਆ ਮਾੜਾ ਕਿਤੋਂ ਸਹਿਲੂ ਪੂਰੇ ਪੈ ਜਵਾੜੇ ਤੇ ਹਾਥੀ ਹੋਈ ਰਗਤ ਫੜੀ ਖੜਿਆ ਤੇ ਨੇ ਜਾਫ ਲਾਇਆ ਵੇ ਗਿੰਦੀ ਦਾ ਵੀ 100 ਰੁਪਿਆ ਲਖਵੀਰ ਸਿੰਘ ਆਪਦੀ ਵੱਲੋਂ ਹੈ ਧਰਮ ਸਿੰਘ ਲਖਵੀਰ ਸਿੰਘ ਆਪਦੇ ਕੋਲੋਂ
टूर्नामेंट कमेटी बाई जी मखन सिंह होर संतोख अर्गे बंतर के भोले वीर अर्गे सौ पौन आप पिंड की टीम तो सौ पवा के खिलाई के मैच आप वधिया लवाए आ कोई टीम रल नहीं दित्तियां टूरनामेंट कमेटी का धन्यवाद करते आई बई जी सौ खवाओ तो टीम वधिया लगन सौ खवा दिया हुण बंत सिंह खोर प्रबंध कमेटी का फैसला दोवे टीमों ने सौ खवाई जाए क्योंकि लखा रुपया लै वीर जो ग्राही कर फिर पता लगता क्योंकि बड़ा माण वाली गल इस नगर लई दोवे टीमों ने सौ खवा के कांड की टक्कर होगी बदो बाल घोलिया कला पिंड दोवे टीम बेनती करा एक एक प्लेयर सौ खावे फिर आप मुकाबला शुरू करा देंगे समय सिर खेड मैदान